ਇਥੇ ਕੋਈ ਵੀ ਸਾਥ ਨਹੀਂ ਨਾ ਤੇਰਾ ਦੇਂਦਾ ਗੁਰੂ ਕਿਉਂ ਜ਼ਿੰਦਗੀ ਦੇ ਅੰਦਰ ਲੈ ਕੇ ਆਉਣਾ ਹੈ ਗੁਰੂ ਦੀ ਕੀ ਲੋੜ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਮਾਂ ਸਾਥ ਨਹੀਂ ਦੇ ਸਕਦੀ ਜਿੱਥੇ ਪਿਓ ਸਹਾਈ ਨਹੀਂ ਹੋ ਸਕਦਾ ਜਿੰਨੇ ਰਿਸ਼ਤੇ ਨਾਤੇ ਜ਼ਿੰਦਗੀ 'ਚ ਅਪਣਾਏ ਨੇ ਜਿੱਥੇ ਤੇਰੇ ਨਾਲ ਰਿਸ਼ਤੇ ਨਾਤੇ ਤੇਰਾ ਸਾਥ ਨਹੀਂ ਦੇ ਸਕਦੇ ਸੱਚ ਕਰਕੇ ਜਾਣੀ ਜੇ ਜ਼ਿੰਦਗੀ ਦੇ ਅੰਦਰ ਗੁਰੂ ਹੋਇਆ ਗੁਰੂ ਤੇਰਾ ਜ਼ਰੂਰ ਸਾਥ ਦੇ ਆਪ ਦੀ ਸ਼ਬਦ ਪੜ੍ਹਦੇ ਹੋ ਨਾ ਜਹਾ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਉਥੇ ਗੁਰੂ ਨੇ ਸਾਥ ਦੇਣਾ ਇਸ ਕਰਕੇ ਸਿੱਖਾ ਆਪਣੀ ਜ਼ਿੰਦਗੀ ਦੇ ਅੰਦਰ ਇਹ ਬਚਨ ਨੂੰ ਪੱਕਿਆਂ ਕਰਕੇ ਬੰਨ ਲੈ ਜਿਵੇਂ ਬੀਬੀਆਂ ਪੱਲੇ ਨਾਲ ਕਈ ਵਾਰ ਗੰਡ ਮਾਰ ਲੈਂਦੀਆਂ ਸਨ ਜਦੋਂ ਘਰੋਂ ਤੁਰਨਾ ਇਹਦਾ ਅਰਥ ਹੈ ਵੀ ਇਹ ਗੱਲ ਚੇਤੇ ਰਹਿ ਜੇ ਇਹ ਗੱਲ ਪੱਕੀ ਆਪਾਂ ਪੱਲੇ ਨਾਲ ਬੰਨ ਲਈਏ ਵੀ ਜਿੱਥੇ ਕੋਈ ਸਾਥ ਨਹੀਂ ਦੇ ਸਕਦਾ ਉਥੇ ਗੁਰੂ ਸਾਥ ਦੇਵੇਗਾ ਇਸ ਕਰਕੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਤੋਂ ਬਹੁਤ ਬਹੁਤ ਧੰਨਵਾਦ ਰਾਜਵੀਰ ਸਿੰਘ ਜੀ ਹੋਣਾ ਦਾ ਸੋ ਆਓ ਮੈਂ ਬਹੁਤ ਸਤਿਕਾਰ ਸਹਿਤ ਬੇਨਤੀ ਕਰਾਂਗਾ ਜਾਨੀ ਸਿਮਰਨਜੀਤ ਸਿੰਘ ਜੀ ਤੁਹਾਨੂੰ ਆਪ ਸੰਗਤਾਂ ਨੂੰ 9 ਵਜੇ ਤੱਕ ਗੁਰਮਤਿ ਵਿਚਾਰਾਂ ਦੇ ਰਾਹੀਂ ਨਿਹਾਲ ਕਰਨਗੇ ਗੁਰੂ ਤੇਗ ਬਹਾਦਰ ਸਾਹਿਬ ਸੇਵਕ ਜਥੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਕੀਤੇ ਜਾ ਰਹੇ ਨੇ ਔਰ ਇਹ ਸਾਰੇ ਸਮਾਗਮ ਦਾ ਲਾਈਵ ਟਾਈਲ ਕਾਸਟ ਹੈ ਜਿਹੜਾ ਉਹ ਹਰਜਸ ਰਿਕਾਰਡ YouTube ਚੈਨਲ ਤੇ ਕੀਤਾ ਜਾ ਰਿਹਾ ਆ ਆਪ ਜੀ ਲਾਹੇ ਲੈ ਰਹੇ ਹੋ ਤੁਹਾਡੇ ਘਰ ਰਿਸ਼ਤੇਦਾਰ ਮਿੱਤਰ ਬੈਠੇ ਆ ਉਹ ਵੀ ਇਹ ਸਮਾਗਮ ਦਾ ਹਿੱਸਾ ਬਣ ਜਾਣ ਉਹ ਵੀ ਇਹ ਸਮਾਗਮ ਦੇ ਵਿੱਚ ਸ਼ਾਮਲ ਹੋ ਜਾਣ ਉਹਨਾਂ ਨੂੰ ਇਹਦਾ ਲਿੰਕ ਭੇਜ ਦਿਓ ਬਹੁਤ ਸਤਿਕਾਰਯੋਗ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਵੀ ਹਾਜ਼ਰੀਆਂ ਭਰਨੀਆਂ ਨੇ ਔਰ ਕੱਲ ਤੋਂ ਲੈ ਕੇ ਤਿੰਨ ਤੋਂ ਲੈ ਕੇ 10 ਅਕਤੂਬਰ ਤੱਕ ਲਗਾਤਾਰ ਇੱਕ ਹਫ਼ਤਾ ਬਾਬਾ ਜੀ ਹੋਣਾਂ ਦੇ ਧਾਰਮਿਕ ਸਮਾਗਮ ਨੇ ਜਿਹੜੇ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਰੋਲ ਪਟਿਆਲਾ ਉੱਥੇ ਵੀ ਹੋਣੇ ਆ ਇੱਥੇ ਵੀ ਲਾਹੇ ਲੈਣੇ ਆ ਔਰ ਉੱਥੇ ਵੀ ਲਾਹੇ ਲੈਣੇ ਆ ਬਹੁਤ ਬਹੁਤ ਧੰਨਵਾਦ ਆਓ ਜੀ ਭਾਈ ਸਾਹਿਬ ਜੀ ਹੁਣਾਂ ਦੇ ਪਾਸੋਂ 9 ਵਜੇ ਤੱਕ ਗੁਰਮਤਿ ਵਿਚਾਰਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੀ ਜੁਗੋ ਜੁਗ ਅਟਲ ਚਰਤਖੱਤੇ ਮਾਲਕ ਦਸੇ ਸਤਿਗੁਰ ਸਹਿਬਾਨ ਭਗਤ ਜਨ ਸੰਤ ਜਨ ਦੀ ਆਤਮਿਕ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਹਿਨਮਾਈ ਅਤੇ ਅਗਵਾਈ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਪਾਸੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بڑے ਵੱਡੇ ਮਹਾਪੁਰਖ ਤੇ ਰਿਸ਼ਤੇ ਦੇ ਵਿੱਚ ਸਾਡੇ ਦਾਦਾ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਆਪ ਦੇ ਅਮਰਤਮਈ ਦ੍ਰਿਸ਼ਟੀ ਦੇ ਰਾਹੀ ਆਪ ਦੇ ਬੜੇ ਹੀ ਪਵਿੱਤਰ ਤਪੋਬਲ ਦੇ ਰਾਹੀ ਸਾਰੀ ਹੀ ਸ੍ਰਿਸ਼ਟੀ ਦੇ ਵਿੱਚ ਠੰਡ ਵਰਤਾਈ ਸ਼ਹੀਦਾਂ ਦੇ ਸਰਤਾਜ ਕਹਾਏ ਤੇ ਐਸੀ ਕਿਰਪਾ ਇਸ ਸੰਸਾਰ ਦੇ ਵਿੱਚ ਜਲ ਦੀ ਬਲ ਦੀ ਧਰਤੀ ਦੇ ਉੱਪਰ ਕਰਕੇ ਗਏ ਕਿ ਉਹਨਾਂ ਦੀ ਕਿਰਪਾ ਦੀ ਬਰਕਤ ਅਸੀਂ ਅੱਜ ਤੱਕ ਉਹਨਾਂ ਦੀ ਬਰਕਤ ਦਾ ਬਹੁਤ ਵੱਡਾ ਆਨੰਦ ਮੰਨ ਰਹੇ ਹਾਂ ਸੁਖ ਮੰਨ ਰਹੇ ਹਾਂ ਪਾਤਸ਼ਾਹ ਜੀ ਦੇ ਬਚਨ ਨੇ ਏਗ ਬਹਾਦਰ ਕੇ ਚਲਤ। ਅਯੋ ਜਗਤ ਕੋ ਸੋਗ। ਹੇ 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 ਸਭ ਜਗ ਭਯੋ ਜੈ 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 ਸਰਲੋਕ ਐਸੇ ਵੱਡੇ ਮਹਾਪੁਰਖ। ਲੋਕ ਦੇ ਵਿੱਚ ਤਾਂ ਉਹਨਾਂ ਦੀ ਜੈ ਜੈਕਾਰ ਹੋਈ ਪਰ ਜਦੋਂ ਉਹ ਇਹ ਸਰੀਰ ਰੂਪੀ ਚੋਲਾ ਛੱਡ ਕੇ ਉਸ ਸੱਚਖੰਡ ਦੇ ਵਿੱਚ ਪਰਲੋਕ ਦੇ ਵਿੱਚ ਗਮਨ ਕੀਤਾ ਉੱਥੇ ਵੀ ਜੈ ਜੈਕਾਰ। ਕਿਉਂਕਿ ਉਹਨਾਂ ਨੇ ਉਸ ਅਬਨਾਸੀ ਅਕਾਲਪੁਰਖ ਸੱਚੇ ਪਾਤਸ਼ਾਹ ਜੀ ਦੀ ਉਸਤਤ ਕੀਤੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੰਡਾ ਬ੍ਰਹਮੰਡਾ ਦੇ ਵਿੱਚ ਤੁਭਾਈ ਬਾਸ਼ਾ ਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਇਤਿਹਾਸ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਜੋ ਇਸ ਨਗਰੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪ ਦੇ ਪਵਿੱਤਰ ਚਰਨ ਪਾਏ ਇਥੋਂ ਦੀ ਲੋਕਾਈ ਨੂੰ ਅਮਰਤਮਈ ਦ੍ਰਿਸ਼ਟੀ ਦੇ ਨਾਲ ਤਾਰਿਆ ਇਸ ਇਲਾਕੇ ਦੇ ਵਿੱਚ ਸਤਿਗੁਰਾਂ ਨੇ ਬਹੁਤ ਵੱਡੀ ਕਿਰਪਾ ਵਰਤਾਈ ਬੜਾ ਲੰਮਾ ਸਮਾਂ ਇੱਥੇ ਰਹਿ ਕੇ ਸੱਚ ਅਤੇ ਨਾਮ ਦਾ ਪ੍ਰਚਾਰ ਕੀਤਾ ਹੁਣ ਉਹ ਪ੍ਰਚਾਰ ਉਹ ਸ਼ਬਦ ਅਤੇ ਨਾਮ ਦੇ ਜਿਹੜੇ ਉਹਨਾਂ ਦੇ ਬਚਨ ਸੀ ਉਹਨਾਂ ਨੇ ਉਸ ਵਕਤ ਦੇਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਗੁਰਮਖਾਂ ਦੀਆਂ ਦਰਗਾਹ ਦੇ ਵਿੱਚੋਂ ਇਸ ਧਰਤੀ ਦੇ ਉੱਪਰ ਬਹੁਤ ਸਤਿਮਤ ਸਮੇਂ ਦੇ ਲਈ ਇੱਥੇ ਡਿਊਟੀਆਂ ਲੱਗਦੀਆਂ। ਉਹ ਸਾਨੂੰ ਤਾਰ ਨਾਉਂਦੇ ਆ। ਧਰਤੀ ਦਾ ਪਾਪ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਜਿਹੜੇ ਮਹਾਪੁਰਖ ਹੁੰਦੇ ਐ ਉਹ ਕਾਲਪੁਰਖ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੁੰਦੇ ਨੇ ਉਹਨਾਂ ਦੇ ਖਾਸ ਬੱਚੇ ਅੱੱਚੇ ਹੁੰਦੇ ਐ ਉਹਨਾਂ ਦੇ ਗਹਿਣੇ ਹੁੰਦੇ ਨੇ ਸੰਤ ਹਮਾਰਾ ਗਹਿਣਾ ਉਹ ਬੜੇ ਥੋੜੇ ਸਮੇਂ ਦੇ ਲਈ ਆਪਦੇ ਬੱਚਿਆਂ ਨੂੰ ਇੱਥੇ ਸੰਸਾਰ ਦੇ ਵਿੱਚ ਨਾਮ ਅਤੇ ਸੱਚ ਦਾ ਪਰਚਮ ਕਰਨ ਦੇ ਲਈ ਡਿਊਟੀਆਂ ਲਾ ਕੇ ਭੇਜਦੇ ਹੁਣ ਪਾਤਸ਼ਾਹ ਜਿੰਨੀ ਦੇਰ ਤੱਕ ਤਾਂ ਸਰੀਰ ਰੂਪੀ ਚੋਲੇ ਦੇ ਵਿੱਚ ਰਹੇ ਉਹਨਾਂ ਨੇ ਆਪ ਦੇ ਅਮਰਤਮਈ ਬਚਨ ਸੰਸਾਰ ਦੇ ਵਿੱਚ ਪਹੁੰਚਾਏ ਗੁਰਸਿੱਖਾਂ ਗੁਰਮਖੰਦ ਦੇ ਰਹੀਂ ਬਚਾਏ ਪਰ ਆਉਣ ਵਾਲੇ ਸਮੇਂ ਦੀ ਵੀ ਫਿਕਰ ਕੀਤੀ ਕਿ ਜਿਹੜਾ ਆਉਣ ਵਾਲਾ ਸਮਾਂ ਹੋਵੇਗਾ ਕਿਉਂਕਿ ਇਹ ਧਰਤੀ ਨੂੰ ਗੁਰਬਾਣੀ ਦੇ ਵਿੱਚ ਇੱਕ ਧਰਮਸਾਲ ਦਾ ਇੱਕ ਸਰਾਂ ਦਾ ਨਾਮ ਦਿੱਤਾ ਹੈ ਇਸ ਧਰਤੀ ਦੇ ਉੱਪਰ ਕੋਈ ਵੀ ਥਿਰ ਨਹੀਂ ਥੋੜੇ ਸਮੇਂ ਦੇ ਲਈ ਇੱਥੇ ਜੀਵ ਦੇਹੀ ਲੈ ਕੇ ਆਕਾਰ ਲੈ ਕੇ ਆਉਂਦੇ ਅਤੇ ਚਲੇ ਜਾਂਦੇ ਆ ਆਉਣਾ ਜਾਣਾ ਇਸ ਧਰਤੀ ਤੇ ਚੱਲਿਆ ਰਹਿੰਦਾ ਤੇ ਮਹਾਰਾਜ ਪਾਤਸ਼ਾਹ ਜੀ ਨੇ ਫਿਕਰ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਸਾਡੇ ਸੰਜੋਗੀ ਇਸ ਧਰਤੀ ਦੇ ਉੱਪਰ ਆਉਣਗੇ ਉਹ ਨਾਮ ਅਤੇ ਸੱਚ ਦੇ ਲਾਹੇ ਤੋਂ ਵਾਂਝੇ ਨਾ ਰਹਿ ਜਾਣ ਤਾਂ ਜਿਹੜੇ ਉਹਨਾਂ ਦੇ ਅਮਰਤਮਈ ਬਚਨ ਸੀ ਉਹਨਾਂ ਨੇ ਗੁਰਬਾਣੀ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਦਰਜ ਕੀਤੇ ਬੇਸ਼ੱਕ ਉਹਨਾਂ ਦੀ ਗੁਰਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਦੇ ਪਵਿੱਤਰ ਹਸਤ ਕਮਲਾਂ ਦੇ ਨਾਲ ਦਰਜ ਕੀਤੀ ਪਰ ਪਾਤਸ਼ਾਹ ਜੀ ਦਾ ਇਹ ਮਨ ਦਾ ਵਿਚਾਰ ਸੀਗਾ ਕਿ ਜਿਹੜੇ ਬਚਨ ਅਸੀਂ ਸੰਸਾਰ ਨੂੰ ਸੁਣਾਏ ਐ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਸੰਸਾਰ ਤਰਿਆ ਹੈ ਇਹ ਬਚਨ ਜੁਗੋ ਜੁਗ ਇਸੇ ਤਰ੍ਹਾਂ ਸੰਸਾਰ ਦੇ ਦੁਨੀਆ ਤੇ ਕੰਨਾਂ ਵਿੱਚ ਪੈਂਦੇ ਰਹਿਣਗੇ ਤੇ ਤਰਦੇ ਜਾਣ ਉਹ ਉਹ ਅਮਰਤਮਈ ਬਚਨ ਪਾਤਸ਼ਾਹ ਜੀ ਅੱਜ ਵੀ ਮੌਜੂਦ ਹੈ ਗੁਰੂ ਗ੍ਰੰਥ ਸਾਹਿਬਹਾਰਾਸ਼ ਤੇ ਪਾਤਸ਼ਾਹ ਜੀ ਦੇ ਰੂਪ ਵਿੱਚ ਜਿਨ੍ਹਾਂ ਦੀ ਹਜ਼ੂਰੀ ਵਿੱਚ ਅੱਜ ਆਪਾਂ ਬੈਠੇ ਹਾਂ ਤੇ ਜਦੋਂ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰਦੇ ਆ ਤੇ ਇੱਕ ਗੱਲ ਸਮਝ ਆਉਂਦੀ ਹੈ ਕਿ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਆ ਗਿਆ ਤੇ ਗੁਰਬਾਣੀ ਗੁਰੂ ਕਹਿੰਦੇ ਆ ਕਿ ਉਸ ਨੂੰ ਇੱਥੇ ਆਉਣ ਤੇ ਜਨਮ ਮਰਨ ਦਾ ਰੋਗ ਲੱਗਦਾ ਜਨਮ ਮਰਨ ਦਾ ਇੱਕ ਅਸਾਧ ਰੋਗ ਲੱਗ ਜਾਂਦਾ ਵੀ ਜਿਹੜਾ ਇੱਥੇ ਇੱਕ ਵਾਰੀ ਜਨਮ ਲੈ ਗਿਆ ਉਹ ਇੱਥੋਂ ਵਾਪਸ ਉਸ ਘਰ ਦੇ ਵਿੱਚ ਉਸ ਨਿੱਜ ਘਰ ਵਿੱਚ ਉਸ ਮਹਿਲ ਵਿੱਚ ਵਾਪਸੀ ਕਰਦਨ ਕਿਉਂਕਿ ਇੱਥੋਂ ਦੀ ਜਿਹੜੀ ਮਾਇਆ ਹੈ ਜੋ ਸੰਸਾਰ ਹੈ ਜੋ ਇੱਥੋਂ ਦਾ ਕਾਲ ਦਾ ਖੇਲ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਖੇਲ ਹੈ ਉਹ ਐਸਾ ਜਾਲ ਪਾਉਂਦੇ ਹੈ ਕਿ ਜੀਵ ਨੂੰ ਇੱਥੋਂ ਨਿਕਲਣ ਨਹੀਂ ਦਿੰਦੇ ਇਸੇ ਤਰ੍ਹਾਂ ਇੱਕ ਨਹੀਂ ਦੋ ਨਹੀਂ ਸਾਰਾ ਸੰਸਾਰ ਜਿਹੜਾ ਹੈ ਉਹ ਪੰਜਾਂ ਦੂਤਾਂ ਦੇ ਵਸ ਹੋ ਕੇ ਮਾਇਆ ਦੇ ਵਸ ਹੋ ਕੇ ਇਥੋਂ ਜਨਮ ਅਤੇ ਮਰਨ ਦੇ ਰੋਗ ਦੇ ਵਿੱਚ ਫਸਿਆ ਹੋਇਆ ਹੁਣ ਉਸੇ ਜਨਮ ਅਤੇ ਮਰਨ ਦੇ ਰੋਗ ਨੂੰ ਸਤਿਗੁਰਾਂ ਨੇ ਆਪ ਦੇ ਬਚਨਾਂ ਦੁਆਰਾ ਗੁਰਮੰਤਰ ਸ਼ਬਦ ਦੁਆਰਾ ਇਤੋਂ ਲੋਕਾਈ ਨੂੰ ਮੁਕਤ ਕਰਵਾਇਆ ਪਰ ਜੇ ਅੱਜ ਵੀ ਅਸੀਂ ਉਸ ਜਨਮ ਮਰਨ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਦੇ ਬਚਨਾਂ ਦੇ ਉੱਪਰ ਪਹਿਰਾ ਦੇਣਾ ਪੈਗਾ। ਪਰ ਮਹਾਰਾਜ ਕਹਿੰਦੇ ਕਿ ਪਹਿਲੋ ਸਮਝਣਾ ਪੈਗਾ ਕਿ ਸਾਨੂੰ ਜਨਮ ਅਤੇ ਮਰਨ ਦਾ ਰੋਗ ਲੱਗਿਆ ਕਿਉਂ ਹੈ। ਤਾਂ ਇੱਕ ਮਿਸਾਲ ਦਿੰਦੇ ਆ। ਕਹਿੰਦੇ ਇੱਕ ਜਿਵੇਂ ਜਲ ਦਾ ਸਰੋਵਰ ਹੁੰਦਾ ਹੈ ਉਸ ਦੇ ਵਿੱਚ ਕਮਲ ਦਾ ਫੁੱਲ ਉੱਗਿਆ ਹੋਇਆ। ਉਹ ਕਮਲ ਦੇ ਫੁੱਲ ਦੀ ਜੜ੍ਹ ਹੈ ਉਹ ਨੀਚੇ ਚਿਕੜ ਦੇ ਵਿੱਚ ਹੈ। ਤੇ ਪਾਣੀ ਦੀਆਂ ਲਹਿਰਾਂ ਵੀ ਉਸ ਕਮਲ ਦੇ ਫੁੱਲ ਨੂੰ ਜਦੋਂ ਲਹਿਰ ਆਉਂਦੀ ਹੈ ਤੇ ਉਹ ਕਮਲ ਦੇ ਫੁੱਲ ਨੂੰ ਟੇਡਾ ਕਰਦੀਆਂ ਉਹ ਲਹਿਰ ਜਾਣ ਤੇ ਫਿਰ ਸਿੱਧਾ ਹੁੰਦਾ ਹੈ। ਤੇ ਉਸ ਕਮਲ ਦੇ ਫੁੱਲ ਨੂੰ ਮਹਾਰਾਜ ਕਹਿੰਦੇ ਕਿ ਉਹਦੇ ਉੱਪਰ ਜਾਲਾ ਲੱਗ ਜਾਂਦਾ ਹੈ। ਜਦੋਂ ਪਾਣੀ ਦੀਆਂ ਲਹਿਰਾਂ ਆਉਂਦੀਆਂ ਨੀਚੇ ਚਿਕੜ ਹੁੰਦਾ ਹੈ ਉਹਦੇ ਉੱਪਰ ਜਾਲਾ ਲੱਗ ਜਾਂਦਾ ਹੈ ਤੇ ਸਾਡੇ ਮਨ ਨੂੰ ਇੱਕ ਡੱਡੂ ਦੀ ਨਿਆਈ ਡੱਡੂ ਦੇ ਨਾਲ ਜੋੜ ਕੇ ਸਮਝਾਉਂਦੇ ਐ ਕਿ ਜਿਸ ਤਰ੍ਹਾਂ ਇੱਕ ਜਲ ਦੇ ਸਰੋਵਰ ਦੇ ਵਿੱਚ ਕਮਲ ਦਾ ਫੁੱਲ ਹੈ ਉਸ ਦੀ ਜੜ ਚਿਕੜ ਦੇ ਵਿੱਚ ਹੈ ਪਾਣੀ ਦੀਆਂ ਲਹਿਰਾਂ ਉਸ ਨੂੰ ਕਦੇ ਖੱਬੇ ਟੇਡਾ ਕਰ ਦਿੰਦੀਆਂ ਕਦੇ ਸੱਜੇ ਉਹਦੇ ਉੱਪਰ ਜਾਲਾ ਆ ਜਾਂਦਾ ਹੁਣ ਉਹਦੀ ਮਿਸਾਲ ਦਿੱਤੀ ਹੈ ਵੀ ਉਹ ਪਾਣੀ ਦੀਆਂ ਲਹਿਰਾਂ ਆਉਣ ਤੇ ਉਹਦੀਆਂ ਜੜਾਂ ਜਿਹੜੀਆਂ ਚਿਕੜ ਦੇ ਵਿੱਚ ਹੋਣ ਤੇ ਆਪ ਦੀ ਸੁੰਦਰਤਾ ਨਹੀਂ ਛੱਡਦਾ ਪਰ ਜਿਹੜਾ ਉਹਦੇ ਨਾਲ ਵੱਸਦਾ ਹੋਇਆ ਇੱਕ ਡੱਡੂ ਹੈ ਉਹ ਕਮਲ ਫੁੱਲ ਦੀ ਸੁੰਦਰਤਾ ਨੂੰ ਸਮਝਦਾ ਨਹੀਂ ਉਹ ਦੀਆਂ ਜਣਾ ਨੂੰ ਨਹੀਂ ਦੇਖਦਾ ਵੀ ਚਿੱਕੜ ਦੇ ਵਿੱਚ ਦੇ ਹੋਣ ਦੇ ਬਾਵਜੂਦ ਵੀ ਇਹ ਇੰਨੀ ਸੁੰਦਰਤਾ ਦੇ ਵਿੱਚ ਖੜਾ ਹੈ ਪਾਣੀ ਦੀਆਂ ਲਹਿਰਾਂ ਆਉਣ ਤੇ ਵੀ ਇਹ ਅਟਲ ਅਡੋਲ ਖੜਾ ਹੈ ਉਹ ਕਮਲ ਦੇ ਫੁੱਲ ਤੋਂ ਗੁਣ ਨਹੀਂ ਲੈਂਦਾ ਬਲਕਿ ਉਹਦੀ ਇੱਛਾ ਰਹਿੰਦੀ ਹੈ ਵੀ ਜਿਹੜਾ ਕਮਲ ਫੁੱਲ ਦੇ ਉੱਪਰ ਜਾਲਾ ਹੈ ਇਹਨੂੰ ਖਾਦਾ ਜਾਂਦਾ ਕਹਿੰਦੇ ਦਾਦਰ ਤੂੰ ਕਬਹ ਨਾ ਜਨਸ ਰਹੀ ਅਕਾਸ਼ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਲ ਖਸ ਸਾਡੇ ਸਰੀਰ ਨੂੰ ਕੁਰਬਾਨੀ ਦੇ ਵਿੱਚ ਇੱਕ ਸਰੋਵਰ ਦਾ ਨਾਮ ਦਿੱਤਾ ਹੈ। ਔਰ ਮਹਾਰਾਜ ਕਹਿੰਦੇ ਆ ਕਿ ਇਸ ਸਰੀਰ ਦੇ ਅੰਦਰ ਅੰਮ੍ਰਿਤ ਜਲ ਦਾ ਕੁੰਡ ਭਰ ਕੇ ਰੱਖਿਆ ਹੋਇਆ ਨਿਰੰਕਾਰ ਸੱਚੇ ਪਾਤਸ਼ਾਹ ਨੇ। ਤੇ ਜਿਹੜਾ ਮਨ ਹੈ ਉਹ ਵੀ ਇਸੇ ਸਰੀਰ ਵਿੱਚ ਵਸਦਾ ਤੇ ਜਿਹੜਾ ਅੰਮ੍ਰਿਤ ਜਲ ਹੈ ਉਹ ਵੀ ਸਾਡੇ ਸਰੀਰ ਦੇ ਅੰਦਰ ਗੁਰਬਾਣੀ ਕਹਿੰਦੀ ਹੈ ਅਮਰ ਅੰਤਰ ਅੰਮ੍ਰਿਤ ਖੂਟਾ ਪਰਿਆ ਸਬਦ ਦੇ ਕੜ ਪੀਏ ਪੁਨਿਹਾਰੀ ਪਰ ਹੁਣ ਜਿਹੜਾ ਮਨ ਹੈ ਉਹ ਡੱਡੂ ਦੀ ਨਿਆਈ ਇਸ ਸਰੀਰ ਦੇ ਵਿੱਚੋਂ ਅੰਮ੍ਰਿਤ ਜਲ ਖੋਜਣ ਦੀ ਬਜਾਏ ਜੋ ਇਸ ਸਰੀਰ ਦੇ ਵਿੱਚ ਵਸਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚਾਰ ਦਿੰਦੇ ਐ ਅੰਦਰ ਨਿੰਦਿਆ ਦਿੰਦੇ ਐ ਉਹਨਾਂ ਦੇ ਵਿੱਚ ਰੁੱਜਿਆ ਰਹਿੰਦਾ ਜਾਲਾਖੰਡ ਕਿਉਂਕਿ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਵੀ ਜਿਹੜੇ ਇਸ ਕਾਇਆ ਦੀ ਤੁਸੀਂ ਖੋਜ ਕਰੋਗੇ ਤਾਂ ਇਸ ਕਾਇਆ ਦੇ ਵਿੱਚ ਬਹੁਤ ਵੱਡਾ ਪਰਿਵਾਰ ਵੱਸਦਾ ਪਿਆ ਦ੍ਰਿਸ਼ਟਮਾਨ ਰੂਪ ਦੇ ਵਿੱਚ ਇੱਕ ਖੋਜ ਹੁੰਦੀ ਹੈ ਜੋ ਡਾਕਟਰ ਸਹਿਬਾਨ ਕਰਦੇ ਆ ਸੈਂਟਿਸਟ ਕਰਦੇ ਆ ਜੀ ਦੇ ਵਿੱਚ ਆਪਾਂ ਕਹਿੰਦੇ ਆ ਵੀ ਕਾਇਆ ਦੇ ਅੰਦਰ ਹੱਡੀਆਂ ਐ ਹੂਣ ਐ ਨਾੜੀਆਂ ਇੱਕ ਸੂਖਮ ਰੂਪ ਦੇ ਵਿੱਚ ਸੂਖਸ਼ਮ ਰੂਪ ਦੇ ਵਿੱਚ ਭਗਤਾਂ ਨੇ ਇਸ ਕਾਇਆ ਦੀ ਖੋਜ ਕੀਤੀ ਐ ਸੰਤਾਂ ਨੇ ਖੋਜ ਕੀਤੀ ਐ ਗੁਰੂ ਸਹਿਬਾਨ ਹੋਣਾ ਨੇ ਖੋਜ ਕੀਤੀ ਐ ਉਹੀ ਖੋਜ ਉਹਨਾਂ ਨੇ ਸੰਸਾਰ ਨੂੰ ਸੁਣਾ ਕੇ ਇਥੋਂ ਤਾਰਿਆ ਤੇ ਮਹਾਰਾਜ ਕਹਿੰਦੇ ਇਸ ਕਾਇਆ ਦੇ ਅੰਦਰ ਇੱਕ ਸੂਖਮ ਪਰਿਵਾਰ ਵੱਸਦਾ ਐ ਜਦੋਂ ਤੁਸੀਂ ਸ਼ਬਦ ਦੀ ਭਗਤੀ ਕਰਕੇ ਧਿਆਨ ਦੁਆਰਾ ਇਸ ਕਾਇਆ ਨੂੰ ਖੋਜੋਗੇ ਤਾਂ ਪਤਾ ਲੱਗੇਗਾ ਤੇ ਉਹ ਕਹਿੰਦੇ ਵੀ ਸਭ ਤੋਂ ਜਿਹੜੇ ਵੱਧ ਤੁਹਾਨੂੰ ਇਸ ਜਨਮ ਦਾ ਲਾਹਾ ਨਹੀਂ ਲੈਣ ਦਿੰਦੇ ਉਹਨਾਂ ਦਾ ਭੇਤ ਲੈਣਾ ਬੜਾ ਜ਼ਰੂਰੀ ਹੈ ਕਹਿੰਦੇ ਇਸ ਦੇਹੀ ਅੰਤਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ ਕੋਈ ਨਾ ਸੁਣੈ ਪੁਕਾਰਾ ਕਹਿੰਦੇ ਇਸ ਕਾਇਆ ਦੇ ਨੂੰ ਜਿਹੜਾ ਲੈ ਕੇ ਚੱਲਦਾ ਉਹਨੂੰ ਗੁਰਬਾਣੀ ਵਿੱਚ ਮਨ ਕਿਹਾ ਤੇ ਫਿਰ ਦੱਸਿਆ ਵੀ ਮਨ ਕਿਵੇਂ ਦਾ ਹੁਣ ਜਿਵੇਂ ਅੱਜ ਆਪਾਂ ਕਹਿ ਦਿੰਨੇ ਆ ਵੀ ਮਨ ਦਿਮਾਗ ਨੂੰ ਕੋ ਮਨ ਕਹਿੰਦੇ ਆ ਦਿਲ ਨੂੰ ਕੋ ਮਨ ਕਹਿੰਦੇ ਆ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਮਨ ਕਿਵੇਂ ਦਾ ਹੈ ਕਹਿੰਦੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਪੰਜ ਤਤ ਤੈ ਜਨਮ ਹੋਰ ਸਮਝਾਉਣ ਦੇ ਵਾਸਤੇ ਕਹਿੰਦੇ ਦਿੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਾਂ। ਮਹਾਰਾਜ ਕਹਿੰਦੇ ਇਸ ਦ੍ਰਿਸ਼ਟਮਾਨ ਸਰੀਰ ਨੂੰ ਚਲਾਉਣ ਵਾਲਾ ਮਨ ਹੈ ਜੋ ਜੋਤ ਸਰੂਪੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਇਸ ਕਾਇਆ ਦੇ ਵਿੱਚ ਵੱਸਦਾ ਹੈ। ਉਹੀ ਮਨ ਉਸੇ ਨੂੰ ਹੀ ਸਵਾਸਾਂ ਦਾ ਧੰਨ ਮਿਲਿਆ ਗਿਣਤੀ ਦੇ ਸਵਾਸਾਂ ਦਾ ਧੰਨ ਮਿਲਿਆ। ਉਹ ਗਿਣਤੀ ਦੇ ਸਾਹ ਜਿੰਨੀ ਦੇਰ ਤੱਕ ਹੈਗੇ ਆ ਜੋਤ ਸਰੂਪੀ ਮਨ ਇਸ ਕਾਇਆ ਨੂੰ ਲੈ ਕੇ ਤੁਰਦਾ ਫਿਰਦਾ ਬੈਠਦਾ ਸੌਂਦਾ ਪਰ ਕਹਿੰਦੇ ਇਸ ਮਨ ਦੇ ਨਾਲ ਇਸ ਕਾਇਆ ਦੇ ਵਿੱਚ ਪੰਜ ਦੂਤ ਵੀ ਅੰਦਰ ਵੱਸਦੇ ਆ ਜਿਨ੍ਹਾਂ ਨੂੰ ਕਾਮ ਕਰੋ ਲੋਭੋ ਹੰਕਾਰ ਕਿਆ ਜੋ ਸਾਨੂੰ ਅੰਦਰੋਂ ਹਰ ਵਕਤ ਫੁਰਨੇ ਦਿੰਦੇ ਆ ਵਿਚਾਰ ਦੇ ਤੇ ਫਿਰ ਮਹਾਰਾਜ ਕਹਿੰਦੇ ਵੀ ਪੰਜਾਂ ਦੂਤਾਂ ਦੇ ਨਾਲ ਇਸ ਕਾਇਆ ਦੇ ਅੰਦਰ ਆਤਮ ਰਾਮ ਸਤਗੁਰ ਆਪ ਦਾ ਵੀ ਉਹਨਾਂ ਦਾ ਵਾਸਾ ਹੈ ਉਹ ਸਾਡੇ ਮਸਤਕ ਦੇ ਉੱਪਰ ਬਰਾਜਮਾਨ ਤੇ ਕਹਿੰਦੇ ਜਿਸ ਤਰ੍ਹਾਂ ਇੱਕ ਖੇਡ ਦੇ ਵਿੱਚ ਆਪਾਂ ਦੇਖਦੇ ਆਂ ਵੀ ਜਿਸ ਤਰ੍ਹਾਂ ਇੱਕ ਰੈਫਰੀ ਹੁੰਦਾ ਹੈ ਜੋ ਦੋਨੋਂ ਟੀਮਾਂ ਦੀ ਖੇਡ ਦੇਖਦਾ ਹੈ ਚੰਗੇ ਨੂੰ ਚੰਗਾ ਮਾਰੇ ਨੂੰ ਮਾੜਾ ਇੱਕ ਮੱਤ ਦਿੰਦਾ ਹੈ ਜਜਮੈਂਟ ਕਰਦਾ ਹੈ ਇਸੇ ਤਰੀਕੇ ਜਿਹੜੀ ਆਤਮਾ ਹੈ ਉਹ ਵੀ ਸਾਡੀ ਕਾਇਆ ਦੇ ਵਿੱਚ ਵੱਸਦੀ ਹੈ ਪ੍ਰਕਾਸ਼ ਰੂਪੀ ਆਤਮਾ ਹੈ ਤੇ ਜਦੋਂ ਪੰਜੇ ਦੂਤ ਕੋਈ ਨਾ ਕੋ ਸਾਡੇ ਅੰਦਰੋਂ ਔਗਣਾ ਦਾ ਕੰਮ ਕਰੋ ਲੋਭ অহੰਕਾਰ ਦਾ ਈਰਖਾ ਨਿੰਦਿਆ ਦਵੇ ਚੁਗਲੀ ਦਾ ਵਿਚਾਰ ਦਿੰਦੇ ਆ ਤੇ ਉਹ ਅੰਦਰੋਂ ਆਤਮਾ ਵੀ ਸਾਡੇ ਮਨ ਨੂੰ ਕੀ ਸੱਚ ਹੈ ਕੀ ਝੂਠ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਦੇ ਪ੍ਰਤੀ ਨਿਰਦੇਸ਼ ਕਰਦੀ ਆ ਹੁਣ ਕਹਿੰਦੇ ਇਹ ਖੇਡ ਚੱਲਦੀ ਆ ਮਨ ਨੂੰ ਗਿਣਤੀ ਦੇ ਸਵਾਸਾਂ ਦਾ ਧੰਨ ਦੇ ਦਿੱਤਾ ਵੀ ਐਨੇ ਸਾ ਤੂੰ ਸੰਸਾਰ ਦੇ ਵਿੱਚ ਜਾਣਾ ਐਨੇ ਸਾ ਤੂੰ ਭੋਗ ਕੇ ਆਉਣੇ ਐ ਤੇ ਸਾਹਾ ਦੇ ਲਈ ਇੱਥੇ ਸੰਸਾਰ ਦੇ ਵਿੱਚ ਸਮਾਂ ਭੋਗਣ ਦੇ ਲਈ ਉਸ ਨੂੰ ਰਿਜਕ ਵੀ ਦੇ ਦਿੱਤਾ ਸਾਨੂੰ ਮਾਤਾ ਪਿਤਾ ਭੈਣ ਭਾਈ ਪਰਿਵਾਰ ਵੀ ਦੇ ਦਿੱਤਾ ਜਿੰਨੇ ਕ ਅਸੀਂ ਕਰਮਾਂ ਦੇ ਧਣੀ ਸੀ ਕਿਉਂਕਿ ਸਾਡੀ ਉਮਰ ਗੁਰਬਾਣੀ ਦੇ ਵਿੱਚ ਚਾਰ ਯੁਗ ਦੱਸ ਚਾਰ ਯੁਗ ਦੀ ਉਮਰ ਸਾਡੀ ਦੱਸੀ ਐ ਮਹਾਰਾਜ ਕਹਿੰਦੇ ਸਤਜੁਗ ਤ੍ਰੇਤਾ ਦੁਆਪਰ ਬੀਤ ਗਿਆ ਤੇ ਚੌਥਾ ਯੁਗ ਕਲਯੁਗ ਚੜ ਗਿਆ ਹੈ ਜਿਹੜਾ ਜੋਤ ਸਰੂਪੀ ਮਨ ਹੈ ਇਹ ਲਗਾਤਾਰ ਇੱਕ ਸਰੀਰ ਵਿੱਚੋਂ ਨਿਕਲਦਾ ਹੈ ਦੂਜੇ ਸਰੀਰ ਵਿੱਚ ਦੂਜੇ ਚੋਂ ਨਿਕਲਿਆ ਤੀਜੇ ਵਿੱਚ ਕਦੇ 84 ਲੱਖ ਜੂਨਾ ਭੋਗਣ ਲੱਗ ਜਾਂਦਾ ਹੈ ਕਦੇ ਮਾਨਸ ਜਮਾ ਭੋਗਣ ਲੱਗ ਜਾਂਦਾ ਹੈ ਔਰ ਜਨਮ ਮਰਨ ਦਾ ਰੋਗ ਇੰਨਾ ਵੱਡਾ ਲੱਗਿਆ ਕਿ ਅੱਜ ਤੱਕ ਆਪ ਦੇ ਘਰ ਉਸ ਮੂਲ ਸੱਚ ਦੇ ਵਿੱਚ ਉਸ ਸ਼ਬਦ ਗੁਰੂ ਦੇ ਵਿੱਚ ਨਿਰੰਕਾਰ ਜੋਤ ਸਰੂਪ ਵਿੱਚ ਸਮਾਇਆ ਨਹੀਂ ਤੇ ਮਹਾਰਾਜ ਕਹਿੰਦੇ ਉਸ ਦਾ ਸਭ ਤੋਂ ਵੱਡਾ ਕਿਉਂਕਿ ਆਪਾਂ ਬਚਨ ਇੱਥੋਂ ਸ਼ੁਰੂ ਕੀਤਾ ਕਿ ਪਾਤਸ਼ਾਹ ਕਹਿੰਦੇ ਆ ਕਿ ਤੁਹਾਨੂੰ ਜਨਮ ਮਰਨ ਦਾ ਰੋਗ ਲੱਗਾ ਪਰ ਲੱਗਾ ਕਿਹੜੇ ਕਾਰਨ ਕਰਕੇ ਹੈ ਉਹਦੀ ਆਪਾਂ ਹੁਣ ਵਿਚਾਰ ਚਲਾ ਰਹੇ ਹਾਂ ਤੇ ਮਹਾਰਾਜ ਕਹਿੰਦੇ ਆ ਕਿ ਇਸ ਕਾਇਆ ਦੇ ਅੰਦਰ ਜਿਹੜਾ ਸੂਖਮ ਰੂਪ ਵਿੱਚ ਪਰਿਵਾਰ ਵੱਸਦਾ ਹੈ ਪੰਜ ਦੂਤ ਇਸ ਕਾਇਆ 'ਚ ਵੱਸ ਰਹੇ ਆ ਆਤਮਾ ਇਸ ਕਾਇਆ ਦੇ ਵਿੱਚ ਵੱਸ ਰਹੀ ਆ ਤੇ ਜਿਹੜੇ ਅੰਦਰ ਅੰਦਰ ਅਸੀਂ ਮਾਨੇ ਮਨ ਵਿੱਚ ਵਿਚਾਰ ਫੁਰਨੇ ਲਈ ਜਾਂਦੇ ਆ ਉਨ੍ਹਾਂ ਦਾ ਹਿਸਾਬ ਕਰਨ ਵਾਸਤੇ ਮਹਾਰਾਜ ਕਹਿੰਦੇ ਚਿੱਤਰ ਤੇ ਗੁਪਤ ਵੀ ਇਸ ਕਾਇਆ ਦੇ ਵਿੱਚ ਵੱਸਦੇ ਆ ਪਰ ਸਾਨੂੰ ਆਪ ਦੇ ਸੂਖਮ ਪਰਿਵਾਰ ਦਾ ਭੇਤ ਨਹੀਂ ਇਹ ਭੇਤ ਨਹੀਂ ਕਿ ਸਾਨੂੰ ਅੰਦਰੋਂ ਵਿਚਾਰ ਕੌਣ ਦਿੰਦਾ ਹੈ ਆਤਮਾ ਸਾਨੂੰ ਕੀ ਸਮਝਾ ਰਹੀ ਹੈ ਮਨ ਗੁਰੂ ਵਾਲਾ ਨਾ ਹੋਣ ਕਰਕੇ ਲਗਾਤਾਰ ਜਿਵੇਂ ਪੰਜੇ ਦੂਤ ਅੰਦਰੋਂ ਵਿਚਾਰ ਦਿੰਦੇ ਆ ਉਹਨਾਂ ਦੀ ਇੱਕ ਖਾਸੀਅਤ ਹੈ ਕਿ ਪੰਜਾਂ ਨੇ ਸਾਨੂੰ ਦੂਜਿਆਂ ਦੇ ਔਗਣ ਦਿਖਾਣੇ ਆ ਅੰਦਰ ਬੈਠਿਆਂ ਨੂੰ ਚਾਹੇ ਉਹ ਸਾਡੀ ਮਾਤਾ ਹੈ ਚਾਹੇ ਪਿਤਾ ਹੈ ਹਰ ਇੱਕ ਦੇ ਔਗਣ ਦਿਖਾਈ ਜਾਣੇ ਆ ਅੰਦਰੋਂ ਜਿੱਥੇ ਅਸੀਂ ਬੈਠੇ ਆ ਚਾਹੇ ਸਾਨੂੰ ਕੋਈ ਬੁਲਾ ਰਿਹਾ ਚਾਹੇ ਅਸੀਂ ਇਕੱਲੇ ਬੈਠੇ ਆ ਚਾਹੇ ਸਾਨੂੰ ਨਹੀਂ ਬੁਲਾ ਰਿਹਾ ਉਹਨਾਂ ਨੇ ਦੂਸਰੇ ਦੇ ਔਗਣ ਅੰਦਰ ਬੈਠਿਆਂ ਸਾਡੇ ਫੋਟੋਆਂ ਚਲਾਈ ਜਾਣੀਆਂ ਉਹਨੂੰ ਕਹਿੰਦੇ ਦੁੱਬਦਾ ਨਿੰਦਿਆ ਹੁਣ ਸਵਾਸਾਂ ਦਾ ਧੰਨ ਲੈ ਕੇ ਮਨ ਇੱਥੇ ਸਰੀਰ ਵਿੱਚ ਆਇਆ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਅਸੀਂ ਰਹੇ 9 ਮਹੀਨੇ ਗਰਭ ਵਿੱਚ ਰਹਿਣ ਤੋਂ ਬਾਅਦ ਅਸੀਂ ਬਾਹਰ ਦੁਨੀਆ ਦੇ ਵਿੱਚ ਆਏ ਤੇ ਜਿਉਂ ਹੀ ਦੁਨੀਆ ਦੇ ਵਿੱਚ ਆ ਕੇ ਪਹਿਲਾ ਸਵਾਸ ਸਵਾਸ ਦੀ ਗਿਣਤੀ ਸ਼ੁਰੂ ਹੋਈ ਪੰਜਾਂ ਦੂਤਾਂ ਦੇ ਨਾਲੋਂ ਨਾਲ ਸਾਡੇ ਉੱਪਰ ਕੰਮ ਕਰਨਾ ਪਹਿਲੇ ਦਿਨ ਤੋਂ ਸ਼ੁਰੂ ਕਰ ਦਿੱਤਾ ਹੈ ਤੇ ਕਹਿੰਦੇ ਪਹਿਲੇ ਪਿਆਰ ਲਗਾ ਠਣ ਦੁੱਧ ਦੂਜੇ ਮਾਏ ਬਾਪ ਕੀ ਛੁੱਧ ਸਭ ਤੋਂ ਪਹਿਲਾਂ ਉਹਨਾਂ ਨੇ ਦੇਖਿਆ ਕਿ ਇਹ ਮਨ ਜਿਹੜਾ ਹੈ ਕਿਉਂਕਿ ਵਿਭਾਗੇ ਕੁਝ ਚੁਣਿੰਦੇ ਮਨਾਂ ਨੂੰ ਮਾਨਸ ਦੇ ਹੀ ਮਿਲਦੀ ਹੈ ਜਿਨ੍ਹਾਂ ਦੇ ਉੱਪਰ ਮਾਲਕ ਸੱਚੇ ਪਾਤਸ਼ਾਹ ਜੀ ਦੀ ਕੋਈ ਸਪੈਸ਼ਲ ਕਿਰਪਾ ਰਹੀ ਹੁੰਦੀ ਹੈ ਨਹੀਂ ਤਾਂ ਕਹਿੰਦੇ ਜਿਨ੍ਹਾਂ ਦੇ ਉੱਪਰ ਨਦਰ ਨਹੀਂ ਹੈ ਮਾਲਕ ਦੀ ਜਿਨ੍ਹਾਂ ਦੇ ਉੱਪਰ ਨਿਗਾਹ ਨਹੀਂ ਹੈ ਉਹਨਾਂ ਨੂੰ ਮਾਨਸ ਜਮਾ ਨਹੀਂ ਦਿੱਤਾ ਜਾਂਦਾ ਉਹ 84 ਲੱਖ ਜੂਨਾ ਭੋਗਦੇ ਆ ਬਾਣੀ ਕਹਿੰਦੀ ਹੈ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਂ ਦੁੱਖ ਪਾਇੰਦਾ ਹੁਣ ਮਹਾਰਾਜ ਕਹਿੰਦੇ ਤੁਸੀਂ ਵਿਸ਼ੇਸ਼ ਹੋ ਤੁਸੀਂ ਸਪੈਸ਼ਲ ਹੋ ਤੇ ਇਹ ਖੇਲ ਇਸੇ ਤਰ੍ਹਾਂ ਆ ਵੀ ਸਵਾਸਾਂ ਦਾ ਧੰਨ ਦੇ ਕੇ ਰਿਜਕ ਦੇ ਕੇ ਖਾਣਾ ਪੀਣਾ ਸਭ ਪਹਿਲੋਂ ਪੇਜ ਕੇ ਤੇ ਫਿਰ ਤੁਹਾਨੂੰ ਸੰਸਾਰ ਦੇ ਵਿੱਚ ਭੇਜਿਆ ਜਾਂਦਾ ਕਿ ਮੈਂ ਦੇਖਾਂਗਾ ਕਿ ਜੀਵਨ ਦੀ ਬਾਜੀ ਕਰਮਾਂ ਦੀ ਖੇਡ ਖੇਡਦਿਆਂ ਤੁਸੀਂ ਮੇਰੇ ਪਾਸੇ ਧਿਆਨ ਕਰਦੇ ਹੋ ਮੈਨੂੰ ਉੱਥੇ ਜਾ ਕੇ ਯਾਦ ਕਰਦੇ ਹੋ ਜਾਂ ਨਹੀਂ ਉਹ ਮਿਸ਼ਨ ਇੱਕ ਦੇ ਕੇ ਭੇਜਦੇ ਆ ਦਰਗਾਹ ਦੇ ਵਿੱਚ ਉਹ ਮਿਸ਼ਨ ਹੈ ਇਸ ਸੰਸਾਰ ਦੇ ਵਿੱਚ ਆ ਕੇ ਅਸੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਨਾਮ ਪ੍ਰਗਟ ਕਰਨਾ ਤੇ ਉਹਨਾਂ ਦੇ ਸਰੂਪ ਨੂੰ ਲੱਭਣਾ ਵੀ ਉਹ ਕਿੱਥੇ ਹੈ ਜਿਵੇਂ ਆਪਾਂ ਦੇਖਦੇ ਆ ਕਿ ਬੱਚੇ ਲੁਕਣ ਮੀਚੀ ਖੇਡਦੇ ਆ ਇੱਕ ਬੱਚਾ ਲੁਕ ਜਾਂਦਾ ਦੂਜੇ ਉਸ ਨੂੰ ਲੱਭਦੇ ਆ ਇਸੇ ਤਰੀਕੇ ਅਕਾਲ ਪੁਰਖ ਸਾਹਮਣੇ ਹੀ ਆ ਰੋਮ ਰੋਮ ਵਿੱਚ ਸਮਾਏ ਹੋਏ ਹੈ ਪਰ ਸਾਨੂੰ ਸੰਸਾਰ ਦੇ ਵਿੱਚ ਜਨਮ ਦੇ ਕੇ ਸਾਡੇ ਉੱਪਰ ਵਿਚਾਰਾਂ ਦਾ ਭਰਮ ਦਾ ਪਰਦਾ ਪਾ ਕੇ ਪੁਹਾੜੀ ਦੇ ਕੇ ਇੱਥੇ ਜਨਮ ਦਿੰਦੇ ਆ ਤੇ ਫਿਰ ਦੇਖਦੇ ਆ ਵੀ ਬੱਚਾ ਮੇਰਾ ਵਰਾਗ ਕਰਦਾ ਜਾਂ ਫਿਰ ਮਾਇਆ ਦੇ ਨਾਲ ਜੁੜਿਆ ਹੋਇਆ ਜਿਹੜੀ ਕਿ ਉਹਨਾਂ ਨੇ ਸਾਨੂੰ ਆਪ ਹੀ ਦਿੱਤੀ ਹੋਈ ਹੈ ਪਰ ਜਦੋਂ ਉਹ ਪੁਹਾੜੀ ਦੇ ਕੇ ਸਾਨੂੰ ਇੱਥੇ ਛੱਡਦੇ ਆ ਨਾਲੇ ਪਰਿਵਾਰ ਵੀ ਸਾਡੇ ਆਉਂਦਾ ਜੇ ਮਨ ਨੂੰ ਦੇਹੀ ਮਿਲੀ ਹੈ ਨਾਲ ਕੰਮ ਕਰੋ ਲੋਭ ਮੋਹ ਹੰਕਾਰ ਆਉਂਦੇ ਆ ਚਿਤ੍ਰਗੁਪਤ ਆਉਂਦਾ ਹੈ ਨਰਮਰਾਈ ਆਉਂਦਾ ਹੈ ਆਤਮ ਰਾਮ ਆਉਂਦਾ ਹੈ ਗੁਰਬਾਣੀ ਸਭ ਦੇ ਉੱਪਰ ਮੋਹ ਲਾਉਂਦੀ ਹੈ ਪਰ ਕਹਿੰਦੇ ਜਦੋਂ ਪੁਹਾੜੀ ਦੇ ਕੇ ਸਤਗੁਰ ਇਥੇ ਛੱਡਦੇ ਹੈ ਤੇ ਮਨ ਦਾ ਐਸਾ ਖੇ ਲੈ ਕੇ ਮਨ ਨਰੰਕਾਰ ਨੂੰ ਵਿਸਾਰ ਕੇ ਤੇ ਮਾਇਆ ਦੇ ਨਾਲ ਜੁੜ ਜਾਂਦਾ ਹੈ ਦੀਪ ਪੁਹਾੜੀ ਪੁਰਖ ਵਿਦਾਤੇ ਬਹੁਰ ਬਹੁਰ ਜਨਮਾਂ ਦੇ ਮਹਾਰਾਜ ਨੇ ਤਾਂ ਆਪ ਦਾ ਪਿਆਰ ਦੇਖਣ ਦੇ ਲਈ ਜਿਸ ਤਰ੍ਹਾਂ ਮੇਲੇ ਦੇ ਵਿੱਚ ਇੱਕ ਪਿਤਾ ਆਪ ਦੇ ਬੱਚੇ ਨੂੰ ਲੈ ਜਾਂਦਾ ਹੈ ਤੇ ਥੋੜੀ ਦੇਰ ਲਈ ਉਹਦੇ ਤੋਂ ਉਂਗਲ ਛਡਾ ਕੇ ਲੋਕੇ ਦੇਖਦਾ ਕਿ ਇਹ ਬੱਚਾ ਮੇਲੇ ਵਾਸਤੇ ਧਿਆਨ ਕਰਦਾ ਜਾਂ ਮੈਨੂੰ ਲੱਭਦਾ ਕਿੰਨਾ ਕੁ ਪਿਆਰ ਹੈ ਤੇ ਮਹਾਰਾਜ ਕਹਿੰਦੇ ਜਦੋਂ ਸੰਸਾਰ ਦੇ ਵਿੱਚ ਆਏ ਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਮੋਹ ਸੀਗਾ ਕਿਉਂਕਿ ਸੰਸਾਰ ਵਿੱਚ ਜਦੋਂ ਆਉਨੇ ਆ ਕੋਈ ਭਾਸ਼ਾ ਨਹੀਂ ਸਾਨੂੰ ਆਉਂਦੀ ਕੋਈ ਗਿਆਨ ਨਹੀਂ ਸਾਡਾ ਹੁੰਦਾ ਤੇ ਸਾਨੂੰ ਮਾਇਆ ਕਿਵੇਂ ਫਸਾਉਂਦੀ ਹੈ ਕਹਿੰਦੇ ਪਹਿਲੇ ਪਿਆਰ ਲਗਾ ਥਣ ਦੁੱਧ ਜਿੱਥੋਂ ਸਾਨੂੰ ਖੁਰਾਕ ਮਿਲਦੀ ਹੈ ਮਾਤਾ ਕੋਲੋਂ ਸਭ ਤੋਂ ਪਹਿਲਾਂ ਮੋਹ ਕੰਮ ਕਰਦਾ ਹੈ ਪੰਜਾਂ ਦੇ ਵਿੱਚੋਂ ਇੱਕ ਮੋਹ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਕੰਮ ਕਰਦਾ ਤੇ ਸਾਡਾ ਮੋਹ ਜਿਹੜਾ ਹੈ ਮਾਤਾ ਦੇ ਦੁੱਧ ਦੇ ਨਾਲ ਪੈਂਦਾ ਤੁਸੀਂ ਦੇਖਦੇ ਹੋ ਕਿ ਬੱਚੇ ਨੂੰ ਦੁੱਧ ਨਾ ਮਿਲੇ ਉਹ ਰੋਣਾ ਸ਼ੁਰੂ ਕਰ ਦਿੰਦਾ ਜਿਉਂ ਹੀ ਦੁੱਧ ਮਿਲਦਾ ਚੁੱਪ ਹੋ ਜਾਂਦਾ ਫਿਰ ਦੁੱਧ ਦੀ ਖੁਰਾਕ ਲੈ ਕੇ ਮਹਾਰਾਜ ਕਹਿੰਦੇ ਮੋਹ ਨੇ ਹੋਰ ਮੋਹ ਨੇ ਹੋਰ ਕੰਮ ਕੀਤਾ ਦੂਜੇ ਮਾਏ ਬਾਪ ਕੀ ਸੋਧ ਫਿਰ ਹੌਲੀ-ਹੌਲੀ ਸਾਡਾ ਜਿਹੜੀ ਮਾਤਾ ਦੁੱਧ ਪਿਉਂਦੀ ਐ ਮਾਤਾ ਨਾਲ ਪਿਆਰ ਪੈ ਗਿਆ ਜਿਹੜਾ ਪਿਤਾ ਸਾਜ ਸੰਭਾਲ ਕਰਦਾ ਸਾਡੀ ਫਿਰ ਪਿਤਾ ਨਾਲ ਪਿਆਰ ਪੈ ਗਿਆ ਕਹਿੰਦੇ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਧ ਤੀਜੇ ਭਇਆ ਭਾਬੀ ਭੇਵ ਚੌਥੇ ਪਿਆਰ ਉਪੰਨੀ ਖੇੜ ਤੀਜੀ ਅਵਸਥਾ ਦੇ ਵਿੱਚ ਫਿਰ ਪਰਿਵਾਰ ਚਾਚੀਆਂ ਤਾਈਆਂ ਭਾਬੀਆਂ ਉਹ ਚੁੱਕ ਦੀਆਂ ਉਹਨਾਂ ਨਾਲ ਪਿਆਰ ਪੈ ਗਿਆ ਚੌਥੀ ਅਵਸਥਾ ਦੇ ਵਿੱਚ ਜਾ ਕੇ ਕਹਿੰਦੇ ਫਿਰ ਦੁਨੀਆ ਦੀ ਦੇ ਨਾਲ ਪਿਆਰ ਪਿਆ ਔਰ ਐਸੇ ਰੁੱਝ ਗਏ ਕਿ ਜਿਹੜਾ ਕਰਮ ਹੈ ਜੇ ਸੁਖ ਦਾ ਕਰਮ ਹੈ ਤੇ ਸੁਖੀ ਹੋ ਕੇ ਬੜੇ ਖੁਸ਼ ਹੁੰਨੇ ਆ ਜੇ ਦੁੱਖ ਦਾ ਕਰਮ ਹੈ ਤਾਂ ਦੁਖੀ ਹੋ ਕੇ ਬੜੇ ਵਿਚਾਰ ਸਾਡੇ ਬਣਦੇ ਆ ਇਹ ਨਹੀਂ ਦੇਖ ਰਹੇ ਵੀ ਇਹ ਜਿਹੜਾ ਸਾਨੂੰ ਵਿਚਾਰ ਆਉਂਦੇ ਆ ਅੰਦਰੋਂ ਕਿਸੇ ਵੀ ਪ੍ਰਥਿਆਏ ਕਦੇ ਸਾਨੂੰ ਕਿਸੇ ਖਿਲਾਫ ਗੁੱਸਾ ਆ ਜਾਂਦਾ ਹੈ ਕਿਸੇ ਖਿਲਾਫ ਸਾਨੂੰ ਕਾਮ ਆਉਂਦਾ ਹੈ ਕਿਤੇ ਜਾ ਕੇ ਸਾਨੂੰ ਤ੍ਰਿਸ਼ਨਾ ਕੰਮ ਕਰਦੀ ਹੈ ਕਿਤੇ ਪੈਸੇ ਦੀ ਆਉਂਦੀ ਇਹ ਅੰਦਰੋਂ ਕਿਸ ਤਰ੍ਹਾਂ ਵਿਚਾਰ ਆ ਰਹੇ ਹੈ ਹੁਣ ਜੇ ਤਾਂ ਗੁਰੂ ਦੇ ਕੋਲ ਜਾਵਾਂਗੇ ਗੁਰਬਾਣੀ ਗੁਰੂ ਕੋਲ ਜਾਵਾਂਗੇ ਸੰਤਾਂ ਗੁਰਸਿੱਖਾਂ ਦੇ ਪਾਸ ਜਾਵਾਂਗੇ ਉਹ ਤਾਂ ਫਿਰ ਸਾਨੂੰ ਇਹ ਖੇਡ ਦੱਸ ਦਿੰਦੇ ਹੈ ਪਰ ਸਾਡਾ ਰਿਸ਼ਤਾ ਜਿਹੜਾ ਹੈ ਸੰਸਾਰ ਦੇ ਨਾਲ ਹੋਣ ਕਰਕੇ ਅਸੀਂ ਆਪ ਦੇ ਅੰਦਰ ਦੀ ਖੋਜ ਨਹੀਂ ਕਰਦੇ ਸਿਰਫ ਬਾਹਰ ਮੁਖੀ ਕੀਰਤ ਕਰੀ ਜਾਂਦੇ ਆ ਕਰਮ ਕਰੀ ਜਾਂਦੇ ਆ ਤੇ ਮਾਲਕ ਨਾਲ ਦਿਨੋ ਦਿਨ ਵਿਛੋੜਾ ਪਈ ਜਾਂਦਾ ਹੈ ਕਿਉਂਕਿ ਦੋ ਤਰ੍ਹਾਂ ਦੇ ਕਰਮਾ ਗੁਰਮੁਖ ਪਿਆਰਿਓ ਸੰਸਾਰ ਦੇ ਵਿੱਚ ਇੱਕ ਕਰਮ ਤਾਂ ਐਸਾ ਹੈ ਜਿਸ ਨੂੰ ਕਰਕੇ ਮਾਲਕ ਤੋਂ ਦੂਰ ਹੋ ਜਾਈਦਾ ਹੈ ਇੱਕ ਐਸਾ ਕਰਮ ਹੈ ਜਿਹਦੇ ਨਾਲ ਅਸੀਂ ਪਰਮੇਸ਼ਰ ਦੇ ਨੇੜੇ ਹੋ ਜਾਂਦੇ ਆ ਕਰਮੀ ਆਪੋ ਆਪਣੀ ਇਹ ਨੇੜਾ ਇਹ ਦੂਰ ਹੁਣ ਜਦੋਂ ਤਾਂ ਅੱਜ ਆਪਾਂ ਦੇਖੋ ਸੰਗਤ ਦੇ ਵਿੱਚ ਆ ਗਏ ਆ ਇੱਥੇ ਬੈਠ ਕੇ ਹਰੀ ਦੇ ਗੁਣ ਗਾ ਰਹੇ ਆ ਕੀਰਤਨ ਸੁਣ ਰਹੇ ਆ ਸਿਮਰਨ ਕਰ ਰਹੇ ਆ ਇਹ ਵੀ ਇੱਕ ਕਰਮ ਹੈ ਸੱਚਾ ਕਰਮ ਹੈ ਤੇ ਜਦੋਂ ਅਸੀਂ ਇਹ ਕਰਮ ਨੂੰ ਵਾਰ-ਵਾਰ ਕਰਦੇ ਆ ਗੁਰੂ ਘਰ ਦੇ ਵਿੱਚ ਆਏ ਗੁਰਮੁਖਾਂ ਦੇ ਨਾਲ ਸਾਂਝ ਕੀਤੀ ਸੰਗਤ ਵਿੱਚ ਬੈਠੇ ਸਿਮਰਨ ਕੀਤਾ ਜਿੰਨਾ ਇਹ ਸੱਚਾ ਕਰਮ ਕਰਾਂਗੇ ਅਸੀਂ ਪਰਮੇਸ਼ਰ ਦੇ ਨੇੜੇ ਹੋ ਜਾ ਤੇ ਇੱਕ ਐਸਾ ਕਰਮ ਹੈ ਜਿਹੜਾ ਸਾਨੂੰ ਸੰਗਤ ਸਿਮਰਨ ਗੁਰਬਾਣੀ ਗੁਰਮੁਖਾਂ ਦੇ ਵਿਚਾਰ ਤੋਂ ਦੂਰ ਸਿਰਫ ਦੁਨਿਆਵੀ ਗੱਲਾਂ ਨਿੰਦਿਆ ਚੁਗਲੀ ਕਰ ਲਈ ਸੰਸਾਰ ਦੇ ਪੈਸੇ ਨੂੰ ਕਮਾਉਣ ਦੀਆਂ ਗੱਲਾਂ ਕਰ ਲਈਆਂ ਉਹਦੇ ਨਾਲ ਅਸੀਂ ਫਿਰ ਪਰਮੇਸ਼ਰ ਤੋਂ ਕੋਹਾਂ ਦੂਰ ਹੋ ਜਾਂਦੇ ਹਾਂ ਜਿਸ ਤੇ ਮਹਾਰਾਜ ਕਹਿੰਦੇ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥਕਾਏ ਪ੍ਰਭ ਕੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹ ਕਹਿੰਦੇ ਆ ਵੀ ਜਿਹੜਾ ਸਾਨੂੰ ਜਨਮ ਮਰਨ ਦਾ ਰੋਗ ਲੱਗਾ ਹੈ ਨਾ ਉਹ ਸਾਡਾ ਧਿਆਨ ਮਾਇਆ ਨੇ ਪੰਜਾਂ ਦੂਤਾਂ ਨੇ ਕਾਮ ਕਰੋ ਲੋਭ ਮਹੰਕਾਰ ਦੇ ਵਿਚਾਰਾਂ ਨੇ ਇਸ ਸੰਸਾਰ ਨੇ ਆਪ ਦੇ ਪਾਸੇ ਖਿੱਚ ਲਿਆ ਤਾਂ ਰੋਗ ਲੱਗ ਅਸੀਂ ਇਸ ਸੰਸਾਰ ਦੇ ਪੱਕੇ ਵਸਨੀਕ ਨਹੀਂ ਹੈਗੇ ਕਿਉਂਕਿ ਜੋ ਸਾਡਾ ਅਸਲ ਰੂਪ ਹੈ ਗੁਰਬਾਣੀ ਜਿਹੜਾ ਸਾਡਾ ਅਸਲ ਸਰੂਪ ਹੈ ਉਹਦੇ ਬਾਰੇ ਦੱਸਦੀ ਹੈ ਨਾ ਆਪਾਂ ਨਾਰਾ ਨਾ ਮਾਦਾ ਆ ਜੋ ਸਾਡਾ ਅਸਲ ਰੂਪ ਹੈ ਉਹ ਹੈ ਜੋਤ ਸਰੂਪੀ ਮਨ ਆਪਾਂ ਮਨ ਆ ਸਾਰੇ ਨਾਈ ਸਤਰੀਆ ਨ ਮਰਦਾਂ ਆ ਜਿਹੜੀ ਜੋਨ ਮਿਲੀ ਹੋਈ ਐ ਇਹ ਆਪਾਂ ਨੂੰ ਥੋੜੇ ਸਮੇਂ ਲਈ ਮਿਲੀ ਐ ਕਿਸੇ ਨੂੰ ਮਿਲੀ ਐ ਜੋਤ ਸਰੂਪੀ ਮਨ ਨੂੰ ਮਿਲ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਿਹੜੇ ਮਨ ਦੇ ਉੱਪਰ ਸਾਡਾ ਅਸਲ ਰੂਪ ਐ ਜੋਤ ਸਰੂਪੀ ਮਨ ਆਪਾਂ ਸਾਰੇ ਤੇ ਜਿਹੜਾ ਮਨ ਹੁੰਦਾ ਨਾ ਉਹ ਫੀਮੇਲ ਹੁੰਦਾ ਨਾ ਮੇਲ ਹੁੰਦਾ ਉਹ ਤਾਂ ਇੱਕ ਜੋਤ ਦਾ ਆਕਾਰ ਐ ਪੰਜਾਂ ਤਤਾਂ ਦਾ ਆਕਾਰ ਐ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਚ ਤਤ ਤੈ ਜਨਮ ਉਹ ਤਵ ਸੂਖਮ ਪ੍ਰਕਾਸ਼ ਰੂਪੀ ਦਰਗਾਹ ਦੇ ਵਿੱਚੋਂ ਪ੍ਰਗਟ ਹੋਇਆ ਇੱਕ ਆਕਾਰ ਹੈ ਕਿਉਂਕਿ ਦੋ ਕੁਦਰਤ ਬਣਾਈਆਂ ਸੱਚੇ ਪਾਤਸ਼ਾਹ ਨੇ ਇੱਕ ਆ ਸੰਸਾਰੀ ਕੁਦਰਤ ਹੈ ਜਿਹਨੂੰ ਅਸੀਂ ਆਸਾ ਦੀ ਸਰੀਰ ਦੀ ਅੱਖਾਂ ਨਾਲ ਦੇਖਦੇ ਹਾਂ ਕੰਨਾਂ ਨਾਲ ਸੁਣਦੇ ਹਾਂ ਇੱਕ ਪਰਲੋਕ ਦੀ ਕੁਦਰਤ ਹੈ ਜਿਹਨੂੰ ਸਰੀਰ ਦੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਏਵਲ ਜਦੋਂ ਤੁਸੀਂ ਸ਼ਬਦ ਦਾ ਅਭਿਆਸ ਕਰਕੇ ਦਿਵ ਦ੍ਰਿਸ਼ਟੀ ਪ੍ਰਾਪਤ ਕਰਦੇ ਹੋ ਗੁਰੂ ਦੀ ਮਤ ਲੈਨੇ ਹੋ ਫਿਰ ਪਰਲੋਕ ਦੀ ਸੋਝੀ ਆਉਂਦੀ ਹੈ ਤੇ ਪਰਲੋਕ ਦੇ ਵਿੱਚੋਂ ਅਸੀਂ ਇਸ ਲੋਕ ਦੇ ਵਿੱਚ ਖੇਡਣ ਦੇ ਲਈ ਆਏ ਆਂ ਗਿਣਤੀ ਦਾ ਸਮਾਂ ਹੈ ਤੇ ਕਿਸੇ ਨੂੰ ਨਰ ਰੂਪ ਦਿੱਤਾ ਹੈ ਕਿਸੇ ਨੂੰ ਮਾਦਾ ਰੂਪ ਦਿੱਤਾ ਹੈ ਪਰ ਜਿਹੜਾ ਵਿੱਚ ਮਨ ਹੈ ਉਹ ਜੋਤ ਸਰੂਪੀ ਹੈ ਹੁਣ ਮਹਾਰਾਜ ਕਹਿੰਦੇ ਹੈ ਕਿ ਇਸ ਧਰਤੀ ਦੇ ਉੱਪਰ ਥੋੜਾ ਸਮਾਂ ਗਿਣਤੀ ਦੇ ਸੁਆਸ ਹੈ ਨਾ ਬਾਰਕ ਨਾ ਜੋਬ ਨੇ ਨਹਿ ਬਿਰਦੀ ਕਿਛ ਬੰਦ ਉਹ 베ਰਾ ਨਾ ਬੂਝੇ ਜੋ ਆਏ ਪਰ ਜਮ ਫੰਦ ਪਤਾ ਨਹੀਂ ਬਚਪਨ ਦੇ ਵਿੱਚ ਸਾਨੂੰ ਲੈ ਜਾਣਾ ਹੈ ਜਵਾਨੀ ਵਿੱਚ ਲੈ ਜਾਣਾ ਹੈ ਕਿ ਬਡੇਪੇ ਦੇ ਵਿੱਚ ਲੈ ਜਾਣਾ ਹੈ ਇਸ ਭੇਤ ਨੂੰ ਭੁੱਲ ਕੇ ਤੇ ਜਦੋਂ ਅਸੀਂ ਸਿੱਧਾ ਮਾਇਆ ਨਾਲ ਜੁੜ ਗਏ ਸੰਸਾਰ ਦੇ ਕਰਮ ਨਾਲ ਜੁੜ ਗਏ ਚਾਹੇ ਸੰਸਾਰ ਵਿੱਚ ਚੰਗੇ ਕਰਮਾਂ ਨਾਲ ਮੜ ਗਏ ਜੀਨੂੰ ਅਸੀਂ ਕਹਿੰਦੇ ਆ ਜੀ ਅਸੀਂ ਤਾਂ ਦਾਨ ਪੁੰਨ ਬਹੁਤ ਕਰਦੇ ਆ ਚੰਗਿਆਈਆਂ ਬਹੁਤ ਕਰਦੇ ਆ ਅਸੀਂ ਤਾਂ ਲੋਕਾਂ ਦਾ ਭਲਾ ਬਹੁਤ ਕਰਦੇ ਆਂ ਮਹਾਰਾਜ ਕਹਿੰਦੇ ਉਹ ਵੀ ਫਿਰ ਜੁਨਾਂ ਦੇ ਵਿੱਚ ਲੈ ਆਉਂਦਾ ਤੇ ਚਾਹੇ ਅਸੀਂ ਇੱਥੇ ਪਾਪ ਕਰਨ ਵਿੱਚ ਜੁੜ ਗਏ ਆਂ ਪੁੰਨ ਤੇ ਪਾਪ ਇਹਨਾਂ ਦੇ ਨਾਲ ਜੁੜ ਗਏ ਪਰ ਨਾਮ ਅਤੇ ਸੱਚ ਨੂੰ ਵਿਸਾਰ ਦਿੱਤਾ ਤੇ ਕਹਿੰਦੇ ਫਿਰ ਜੁਨਾਂ ਦੇ ਵਿੱਚ ਆਵਾਂਗੇ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਬਚਨ ਕੀਤਾ ਹੈ ਕਿ ਕਿਤੇ ਇਹ ਨਾ ਭਲੇਖੇ ਵਿੱਚ ਰਹਿ ਜਾਈਓ ਕਿ ਮੈਂ ਚੰਗਿਆਈਆਂ ਬਹੁਤ ਕਮਾਉਣਾ ਪੁੰਨ ਬਹੁਤ ਕਮਾਉਣਾ ਇਸ ਸ਼ਾਇਦ ਮੈਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲ ਜੇਗੀ ਕਹਿੰਦੇ ਜੇ ਜੋਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਉ ਰਖਾਏ ਕੈ ਜਸੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਵਾ ਸ਼ਕਿ ਚਾਹੇ ਤੁਸੀਂ ਚਾਰ ਯੁਗ ਤੋਂ 40 ਯੁਗ ਉਮਰ ਇਥੇ ਜੀ ਲਈ ਹੋਵੇ ਇੱਕ ਦੋ ਸ਼ਹਿਰਾਂ ਵਿੱਚ ਧਰਤੀ ਤੇ ਨਹੀਂ ਨੌ ਖੰਡਾਂ ਤੱਕ ਤੁਹਾਡੀ ਸ਼ੋਭਾ ਹੁੰਦੀ ਹੋਵੇ ਸਾਰਾ ਸੰਸਾਰ ਤੁਹਾਡਾ ਨਾਮ ਜਪਦਾ ਹੋਵੇ ਚੰਗਾ ਨਾਂ ਰਖਾਏ ਕਹਿ ਜਗਲੇ ਜੀ ਸੱਚ ਦੀ ਪਹਿਚਾਨ ਨਹੀਂ ਕੀਤੀ ਤੇ ਸਾਰੀਆਂ ਚੰਗਿਆਈਆਂ ਨੇ ਤੁਹਾਨੂੰ ਇੱਥੇ ਡੋਬ ਦੇਣਾ ਹੈ ਕਵਾਤ ਨੇ ਪੁੱਛਿਆ ਕਿ ਕਿਹੜੀ ਜੂਣ ਮਿਲਦੀ ਹੈ ਕਹਿੰਦੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਇਹ ਕੀੜੇ ਦੇ ਜ਼ਖਮ ਵਿੱਚ ਕੀੜਾ ਬਣਾ ਕੇ ਪੈਦਾ ਕੀਤਾ ਜਾਂਦਾ ਹੈ ਕਿ ਹਉਮੈ ਵਿੱਚ ਆ ਕੇ ਸਿਰਫ ਆਪਣੀਆਂ ਚੰਗਿਆਈਆਂ ਦੀਆਂ ਸੋਭਾ ਕਰਾਉਂਦਾ ਰਿਹਾ ਰਾਜ ਕਰਦਾ ਰਿਹਾ ਦੁਨੀਆ ਨੂੰ ਪਰਮਾਉਂਦਾ ਰਿਹਾ ਪਰ ਇਹਨੇ ਲਾਹਾ ਨਹੀਂ ਖਟਿਆ ਇਹ ਐਸੇ ਵੱਡੇ ਵੱਡੇ ਦੁਨੀਆਦਾਰਾਂ ਨੂੰ ਮਹਾਰਾਜ ਕਹਿੰਦੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਸੰਗਲ ਪਾ ਕੇ ਉਸ ਦਰਗਾਹ ਦੇ ਵਿੱਚ ਤੁਰਿਆ ਜਾਂਦਾ ਹੈ ਕਿਉਂਕਿ ਮਹਾਰਾਜ ਕਹਿੰਦੇ ਮਨੁੱਖ ਹੋ ਹੀ ਹੈ ਜਿਹੜਾ ਮਾਨਸ ਜਾਮੇ ਦੇ ਵਿੱਚ ਜਿਉਂਦੇ ਜੀ ਸੱਚ ਨੂੰ ਬੁੱਝਦਾ ਹੈ ਪਰਲੋਕ ਨੂੰ ਬੁੱਝਦਾ ਹੈ ਜਿਸ ਦਰਗਾਹ ਦੇ ਵਿੱਚੋਂ ਸਾਨੂੰ ਸਵਾਸ ਦਿੱਤਾ ਹੈ ਰਿਜਕ ਦਿੱਤਾ ਹੈ ਇਹ ਮਾਨਸ ਜਾਮਾ ਦਿੱਤਾ ਹੈ ਨਰ ਰੂਪ ਦਿੱਤਾ ਹੈ ਨਾਰੀ ਰੂਪ ਦਿੱਤਾ ਹੈ ਫਿਰ ਇਥੇ ਮਾਤਾ ਪਿਤਾ ਦੇ ਸੰਯੋਗ ਬਣਾ ਕੇ ਦਿੱਤੇ ਹੈ ਜਿੰਨੂ ਗੁਰਬਾਣੀ ਕਹਿੰਦੇ ਜਿੰਨ ਕੰਨ ਦਿੱਤੇ ਅੱਖੀ ਨਾਕ ਜਿੰਨ ਜਿਹਵਾ ਦਿੱਤੀ ਬੋਲੇ ਤਾਤ ਵਾਜੈ ਪਵਨ ਇਹ ਸ਼ਬਦ ਆਈ ਕਹਿੰਦੇ ਉਸ ਨੂੰ ਬੁੱਝਿਆ ਕਿਤੇ ਤੇ ਮਹਾਰਾਜ ਫਿਰ ਹੁਣ ਸਾਡੇ ਤੇ ਬੜਾ ਤਰਸ ਕਰਦੇ ਆ ਕਹਿੰਦੇ ਜੇ ਤੁਸੀਂ ਨਹੀਂ ਬੁੱਝ ਸਕੇ ਅਸੀਂ ਤੁਹਾਨੂੰ ਦੱਸ ਦਿਆਂ ਵੀ ਉਹਦਾ ਰੂਪ ਕੀ ਆ ਗੁਰਬਾਣੀ ਉਹਦਾ ਰੂਪ ਦੱਸਦੀ ਹੈ ਸੱਚੇ ਪਾਤਸ਼ਾਹ ਦਾ ਤਾਂ ਅਕਾਲ ਪੁਰਖ ਜਿਨ੍ਹਾਂ ਦੇ ਨਾਲ ਆਪਾਂ ਮਲਾਪ ਕਰਨਾ ਹੈ ਅਕਾਲ ਪੁਰਖ ਜਿਨ੍ਹਾਂ ਦੀ ਆਪਾਂ ਭਗਤੀ ਕਰਨੀ ਹੈ ਉਹਨਾਂ ਦਾ ਰੂਪ ਦੱਸਦੇ ਨੇ ਵੀ ਉਹ ਦਿਖਣ ਵਿੱਚ ਕਿਵੇਂ ਦੇ ਨੇ ਤੇ ਮਹਾਰਾਜ ਕਹਿੰਦੇ ਚੱਕਰ ਚਹਿਨ ਅਰ ਵਰਣ ਜਾਤ ਅਰ ਪਾਤ ਨਹੰਜੇ ਰੂਪ ਰੰਗ ਰੇਖ ਭੇਖ ਕਉ ਅਚਲ ਮੂਰਤ ਅਨਪਾਉ ਪ੍ਰਗਟ ਕਹਿੰਦੇ ਨਾ ਤਾਂ ਕਿਸੇ ਉਹ ਖੱਟ ਚੱਕਰਾਂ ਦੇ ਵਿੱਚ ਆਉਂਦਾ ਨਾ ਕਿਸੇ ਚਿੰਨ ਰੂਪ ਵਿੱਚ ਹੈ ਨਾਉ ਨਰ ਰੂਪ ਹੈ ਨਾ ਨਾਰੀ ਰੂਪ ਹੈ ਨਾ ਬੁੱਢੇ ਵਿੱਚ ਹੈ ਨਾ ਕਿਸੇ ਜਾਤ ਵਿੱਚ ਹੈ ਨਾ ਮذਬ ਵਿੱਚ ਹੈ ਉਹ ਤਾਂ ਇੱਕ ਐਸੀ ਮੂਰਤ ਹੈ ਜਿਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਇੱਕ ਜਲ ਹੁੰਦਾ ਹੈ ਸ਼ੀਸ਼ਾ ਹੁੰਦਾ ਹੈ ਉਸ ਦਾ ਰੰਗ ਨਹੀਂ ਪ੍ਰਤੀਤ ਹੁੰਦਾ ਪਰ ਉਹ ਚਮਕਦਾ ਹੈ ਤੇ ਨਾਮਦੇਵ ਜੀ ਕਹਿੰਦੇ ਉਹ ਐਸੇ ਹੀ ਪ੍ਰਕਾਸ਼ ਰੂਪੀ ਜੋਤ ਹੈ ਸੋ ਤੁਮ ਹੀ ਮੈਂ ਵਸੈ ਨਿਰੰਤਰ ਨਾਨਕ ਦਰਪਣ ਨਿਆਈ ਜਿਵੇਂ ਸ਼ੀਸ਼ੇ ਦਾ ਬਿਲਕੁਲ ਸਾਫ਼ ਸਰੂਪ ਹੈ ਨਾ ਇਸੇ ਤਰੀਕੇ ਤੁਹਾਡੇ ਅੰਦਰ ਪ੍ਰਕਾਸ਼ ਰੂਪੀ ਹੈ ਉਹ ਘਟ ਘਟ ਦੇ ਵਿੱਚ ਉਹ ਪ੍ਰਕਾਸ਼ ਸਮਾਇਆ ਹੈ ਜਲ ਦੀ ਨਿਆਈ ਵਰਗਾ ਪ੍ਰਕਾਸ਼ ਹੈ ਸ਼ੀਸ਼ੇ ਵਰਗਾ ਸਾਫ਼ ਪ੍ਰਕਾਸ਼ ਹੈ ਨਾ ਪਰਮੇਸ਼ਰ ਕਿਸੇ ਚਿੱਟੇ ਰੰਗ ਦਾ ਨਾ ਲਾਲ ਦਾ ਨਾ ਨੀਲੇ ਦਾ ਨਾ ਪੀਲੇ ਦਾ ਨਾ ਕਿਸੇ ਉਹ ਰੂਪ ਵਿੱਚ ਆਉਂਦਾ ਹੈ ਪ੍ਰਕਾਸ਼ ਰੂਪ ਹੈ ਪਰ ਪ੍ਰਕਾਸ਼ ਵੀ ਐਸਾ ਹੈ ਜਿਸ ਦਾ ਕੋਈ ਰੰਗ ਨਹੀਂ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹ ਗੁਣ ਤੇ ਪ੍ਰਭ ਇਸਹਿ 부ਜਾਵੈ ਨਾਨਕਾ ਜਿਸ ਹੋਵੈ ਹੁਣ ਇੱਕ ਤਾਂ ਉਹਦਾ ਪ੍ਰਕਾਸ਼ ਰੂਪ ਦੱਸਿਆ ਤੇ ਦੂਜਾ ਉਹਦਾ ਰੂਪ ਦੱਸਿਆ ਕਿ ਉਹ ਨਾਮ ਰੂਪ ਹੈ ਅਨਾਹਦ ਰੂਪ ਹੈ ਉਹ ਕੀ ਹੈ ਤੇ ਮਹਾਰਾਜ ਕਹਿੰਦੇ ਪ੍ਰਕਾਸ਼ ਤਾਂ ਹੈ ਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਸਾਫ ਪ੍ਰਕਾਸ਼ ਹੈ ਨਾਲ ਉਹਨਾਂ ਨੇ ਦੱਸਿਆ ਹੋਇਆ ਹੈ ਕਿ ਜਦੋਂ ਅਸੀਂ ਉਸ ਜੋਤ ਦੇ ਨਾਲ ਸੰਪਰਕ ਕੀਤਾ ਆਪ ਦੀ ਦੇਹੀ ਦੇ ਵਿੱਚ ਉਸ ਨੂੰ ਬੁਝਿਆ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਦੂਸਰੀ ਚੀਜ਼ ਜਿਹੜੀ ਸਾਨੂੰ ਉੱਥੇ ਮਹਿਸੂਸ ਹੋਈ ਕਹਿੰਦੇ ਅਨਹਦ ਵਾਜੇ ਸਹਿਜ ਸੁਹਿਲਾ స్తబ్ద ਆਨੰਦ ਕਰੈ ਸਦਕੇਲਾ ਸਹਿਜ ਗੁਫਾ ਮੈਂ ತಾੜੀ ਲਾਈ ਅਸਣ ਊਚ ਸਵਾਰਿਆ ਜਿਉ ਕਹਿੰਦੇ ਅਨਹਦ ਬਾਣੀ ਦੇ ਸਾਜਾਂ ਦੇ ਰੂਪ ਵਿੱਚ ਸਾਨੂੰ ਉੱਥੇ ਪੜੀਆਂ ਆਵਾਜ਼ਾਂ ਸੁਣੀਆਂ ਆਵਾਜ਼ਾਂ ਦੱਸਦੇ ਕਹਿੰਦੇ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਬਜੈ ਰ ਬਾਬਾ ਕਰਨੋ ਮਦ ਬਾਂਸਰੀ ਵਾਜੈ ਜਿਹਾ ਤੁਨ ਅਗਾਜਾ ਨਿਰਤ ਕਰੈ ਕਰ ਮਣੂਆ ਨਾਚੈ ਆਣੇ ਹੁੰਗਰ ਸਾਜਾ ਕਹਿੰਦੇ ਐਸੇ ਐਸੇ ਸਾਨੂੰ ਅਨਹਦ ਸ਼ਬਦ ਅੰਦਰ ਪ੍ਰਤੀਤ ਹੋਏ ਜਦੋਂ ਅਸੀਂ ਉਸ ਜੋਤ ਦੇ ਸਨਮੁਖ ਹੋਏ ਐ ਵੀ ਜਿਸ ਤਰ੍ਹਾਂ ਮੱਥੇ ਤੇ ਰਬਾਬ ਵੱਜਦਾ ਹੈ ਨੇਤਰਾ ਤੇ ਪਖਾਵਜ ਵੱਜਦੇ ਹੈ ਕੰਨਾਂ ਵਿੱਚ ਬਾਂਸਰੀਆਂ ਵੱਜਦੀਆਂ ਪਤਾ ਨਹੀਂ ਕਿੰਨੇ ਕੁ ਸਾਜ ਸਾਨੂੰ ਸੁਣੇ ਪਰ ਸਿੱਧਾ ਨਹੀਂ ਕਹਿੰਦੇ ਜਦੋਂ ਨਾਮ ਨੂੰ ਸ਼ਬਦ ਨੂੰ ਉਹਦੇ ਗੁਰਮੰਤਰ ਨੂੰ ਮਨ ਵਿੱਚ ਵਸਾਉਨੇ ਆਂ ਤੇ ਉਹ ਫਿਰ ਦਰਸ਼ਨ ਵੀ ਦਿੰਦਾ ਹੈ ਉਹਦੇ ਸਾਜ ਵੀ ਸੁਣਦੇ ਆ ਜਿਹਨੂੰ ਕਹਿੰਦੇ ਆ ਨਾਮ ਜਿੰਨ ਕੇ ਮਨ ਵਸਿਆ ਵਾਜੈ ਸ਼ਬਦ ਘਨੇਰੇ ਸ਼ਬਦ ਵਜਦੇ ਫਿਰ ਸਾਡੇ ਕੰਨਾਂ 'ਚ ਜਿਹਨੂੰ ਅਸੀਂ ਪੜ੍ਹਦੇ ਆ ਪ੍ਰਭ ਕੇ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਮਾਲਕ ਤਾਂ ਦੂਜਾ ਰੂਪ ਗੁਰਬਾਣੀ ਵਿੱਚ ਫਿਰ ਇਹ ਦੱਸਿਆ ਹੈ ਕਿੰਨਾ ਸੋਹਣਾ ਰੂਪ ਏ ਕਹਿੰਦੇ ਇੱਕ ਤਾਂ ਉਹ ਪ੍ਰਕਾਸ਼ ਹੈ ਪ੍ਰਕਾਸ਼ ਰੂਪ ਵਿੱਚ ਉਹ ਦਰਸ਼ਨ ਦਿੰਦਾ ਤੇ ਪ੍ਰਕਾਸ਼ ਵੀ ਕਿਸੇ ਰੰਗ ਵਿੱਚ ਨਹੀਂ ਜਿਵੇਂ ਦਰਪਣ ਹੈ ਕਿ ਜਿਵੇਂ ਜਾਲ ਹੈ ਤੇ ਜਦੋਂ ਕਹਿੰਦੇ ਉਹ ਦਰਸ਼ਨ ਦਿੰਦਾ ਉਹਦੇ ਨਾਲ ਅਨੇਕਾਂ ਆਨਾਦ ਸਾਜ ਪਿੱਥੈ ਆਨਾਦ ਬਿਨੋਦ ਕੋੜ ਆਨੰਦ ਜੇ ਕੋ ਕਥ ਹੈ بڑے ਆਨਾਦ ਬਿਨੋਦ ਕੋੜ ਆਨੰਦ ਦੇ ਵਿੱਚ ਉਹਦੇ ਇਸ ਲੱਖਾਂ ਸਾਜ ਵੱਜਦੇ ਐ ਤੇ ਫਿਰ ਅਸੀਂ ਜਦੋਂ ਕਹਿੰਨੇ ਆਂ ਵੀ ਇਹ ਤੁਸੀਂ ਪ੍ਰਕਾਸ਼ ਦੀ ਗੱਲ ਦੱਸ ਦਿੱਤੀ ਸੱਚੇ ਪਾਤਸ਼ਾਹ ਇਹ ਅਨਹਦ ਬਾਣੀ ਦੀ ਗੱਲ ਦੀਸ ਦੱਸ ਦਿੱਤੀ ਸੱਚੇ ਪਾਤਸ਼ਾਹ ਤੁਸੀਂ ਕਹਿ ਵੀ ਰਹੇ ਹੋ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਇਹ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਆਂ ਤੇ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਵਿਚਾਰਾਂ ਨੂੰ ਇਹਨਾਂ ਪੰਜਾਂ ਦੂਤਾਂ ਦੇ ਔਗਣਾ ਨੂੰ ਛੱਡੋ ਤੇ ਇਹ ਸਾਰਾ ਖਜ਼ਾਨਾ ਮੈਂ ਤੁਹਾਡੀ ਇਸ ਸਰੀਰ ਰੂਪੀ ਕਾਇਆ ਦੇ ਵਿੱਚ ਰੱਖਿਆ ਹੋਇਆ ਹੈ ਤੇ ਜਦੋਂ ਤੁਸੀਂ ਇਹਨਾਂ ਪੰਜਾਂ ਦਾ ਸੰਗ ਛੱਡ ਕੇ ਗੁਰੂ ਦੇ ਮੰਤਰ ਦਾ ਜਾਪ ਕਰੋਗੇ ਜੋ ਸੁਖਮਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੇ ਵਿੱਚ ਲਿਖਿਆ ਹੈ ਪ੍ਰਭ ਕਾ ਸਿਮਰਨ ਸਭ ਤੋਂ ਊਚਾ ਜਿਹੜਾ ਸਿਮਰਨ ਕਰੋਗੇ ਸਿਮਰਨ ਦੇ ਨਾਲ ਜੁੜੋਂਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਨਮ ਅਤੇ ਮਰਨ ਦਾ ਦੁੱਖ ਖਤਮ ਹੋਏਗਾ ਇਹ ਪੰਜੇ ਦੂਤ ਜੋ ਤੁਹਾਨੂੰ ਤ੍ਰਿਸ਼ਨਾ ਵਿੱਚ ਵਿਚਾਰਾਂ ਵਿੱਚ ਵਿਕਾਰਾਂ ਵਿੱਚ ਪਾ ਕੇ ਜੁਨਾ ਵਿੱਚ ਲਾ ਜਾ ਰਿਹਾ ਇਹ ਦੁੱਖ ਖਤਮ ਹੋਏਗਾ ਜੇ ਜਿਹੜੀ ਪ੍ਰਾਪਤੀ ਹੈ ਪ੍ਰਕਾਸ਼ ਦੀ ਸੱਚ ਦੀ ਅਨਹਦ ਬਾਣੀ ਦੀ ਉਹ ਇਸ ਕਾਇਆ ਦੇ ਅੰਦਰ ਫਿਰ ਉਹ ਸਮਝਾਉਂਦੇ ਆ ਵੀ ਜੇ ਇਸ ਕਾਇਆ ਦੇ ਅੰਦਰ ਤੁਸੀਂ ਸੱਚ ਦੇ ਦਰਸ਼ਨ ਕਰਨੇ ਹੈ ਉਸ ਅਨਹਦ ਨਾਮ ਦੇ ਨਾਲ ਜੁੜਨਾ ਹੈ ਤਾਂ ਉਹਦਾ ਤਰੀਕਾ ਦੱਸਦੇ ਆ ਗੁਰਬਾਣੀ ਦੇ ਵਿੱਚ ਕਹਿੰਦੇ ਨੌ ਦਰ ਠਾਕੇ ਗੁਰਬਾਣੀ ਗੁਰੂ ਦਾ ਬਚਨ ਹੈ ਨੌ ਦਰ ਠਾਕੇ ਧਾਵਤ ਰਹਾਏ ਦਸਮੇ ਨਿਜ ਘਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੇ ਆ। ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ਼ਾਹੀ ਦੇ ਬਚਨਾਂ ਵਿੱਚੋਂ ਇਹ ਵੀ ਸੁਣਨ ਨੂੰ ਮਿਲਦਾ ਹੈ ਮਹਾਰਾਜ ਕਹਿੰਦੇ ਵੀ ਜੇਕਰ ਸੰਸਾਰ ਦਾ ਤੂੰ ਤਿਆਗੀ ਹੋਣਾ ਤਾਂ ਸੰਸਾਰ ਦੀ ਗ੍ਰਸਤ ਸੰਸਾਰ ਦੇ ਘਰ-ਬਾਰ ਸੰਸਾਰ ਦੇ ਰਸ-ਕਸ ਛੱਡਣ ਦੀ ਲੋੜ ਨਹੀਂ ਤੂੰ ਏਸ ਕਾਇਆ ਦੇ ਵਿੱਚ ਜਿਹੜੇ ਅੰਦਰ ਚੱਲਦੇ ਵਿਚਾਰ ਹੈ ਵਿਕਾਰ ਹੈ ਇਹਨਾਂ ਨੂੰ ਛੱਡ ਦੇ ਸੰਸਾਰ ਦੀ ਮਾਇਆ ਤੇਰੇ ਤੋਂ ਆਪੇ ਪਿੱਛੇ ਹਟ ਜੇ। ਸੰਸਾਰ ਨੂੰ ਛੱਡਣ ਦਾ ਸੌਖਾ ਤਰੀਕਾ ਹੈ ਕਾਇਆ ਦੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਆ ਫੁਰਨੇ ਚੱਲ ਰਹੇ ਆ ਇਹਨਾਂ ਪੰਜਾਂ ਦੂਤਾਂ ਤੋਂ ਆਪ ਦੇ ਮਨ ਦਾ ਪੈਂਡਾ ਛਡਾਲ ਲੈ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਜਿੱਤਰੀ ਸੰਸਾਰ ਦੀ ਮਾਇਆ ਆਪਣੇ ਆਪ ਛੁੱਟ ਜਾਈ ਸਾਨੂੰ ਦੱਸਦੇ ਆ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਭਰਤਰੀ ਰੂਪ ਨਾ ਵੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੀਤ ਕਰਨੈ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋਮਰ ਮਹਾਰਾਜ ਕਹਿੰਦੇ ਵੀ ਇਹਨਾਂ ਇੰਦਰੀਆਂ ਨੂੰ ਇਹਨਾਂ ਪੰਜਾਂ ਤੋਂ ਪਾਸੇ ਹਟਾਲਾ ਇੰਦਰੀ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਉਹ ਐਸਾ ਪਰ ਹੁਣ ਅਸੀਂ ਕਹਿੰਨੇ ਆ ਜੀ ਉਹ ਸਾਡੇ ਤਾਂ ਵਿਚਾਰ ਓਵੇਂ ਰੁਕਦੇ ਨਹੀਂ ਸਾਨੂੰ ਤਾਂ ਪਤਾ ਨਹੀਂ ਕਦੋਂ ਕ੍ਰੋਧ ਨੇ ਆ ਜਾਣਾ ਕਦੋਂ ਸਾਡੇ ਉੱਪਰ ਕਾਮ ਹਾਵੀ ਹੋ ਜਾਂਦਾ ਸਾਡਾ ਕੰਟਰੋਲ ਨਹੀਂ ਹੈ ਅਸੀਂ ਬਾਣੀ ਪੜਦੇ ਆਂ ਤਾਂ ਵੀ ਸਾਨੂੰ ਕ੍ਰੋਧ ਆਉਂਦਾ। ਅਸੀਂ ਗੁਰੂ ਘਰ ਜਾਂਦੇ ਆਂ ਤਾਂ ਵੀ ਕ੍ਰੋਧ ਕੰਟਰੋਲ ਨਹੀਂ ਹੁੰਦਾ। ਅਸੀਂ ਸੇਵਾ ਵੀ ਕਰਦੇ ਆਂ ਤਾਂ ਵੀ ਸਾਡੇ ਕਾਮ ਦੇ ਫੁਰਨੇ ਕੰਟਰੋਲ ਨਹੀਂ ਹੁੰਦੇ। ਇਹ ਸਾਡੇ ਆਮ ਹੀ ਬਚਨ ਹੁੰਦੇ ਆ ਸਾਰਿਆਂ ਦੇ। ਤੁਸੀਂ ਸਾਨੂੰ ਦੱਸੋ ਇਹ ਕੰਟਰੋਲ ਕਿਵੇਂ ਹੋਵੇ? ਸਾਰੀ-ਸਾਰੀ ਉਮਰ ਹੋ ਗਈ ਸਾਡਾ ਕ੍ਰੋਧ ਬੜਾ ਵੱਧਾ ਹੈ, ਕਾਮ ਬੜਾ ਵੱਧਾ ਹੈ। ਇੱਕ ਵਾਰ ਜੇ ਕਿਤੇ ਧਨ-ਵਪਾਰ ਦੇ ਫੁਰਨੇ ਚੱਲ ਪੈਣ, ਤ੍ਰਿਸ਼ਨਾ ਚੱਲ ਪਵੇ ਫਿਰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ, ਵਿਚਾਰ ਹੀ ਤੁਰੇ ਆਉਂਦੇ। ਅਸ ਮਹਾਰਾਜ ਕਹਿੰਦੇ ਇਹੀ ਤਾਂ ਮਾਇਆ ਦਾ ਜਾਲ ਹੈ ਮਾਇਆ ਨੇ ਮਨਾਂ ਨੂੰ ਕਿਵੇਂ ਫੜਿਆ ਹੋਇਆ ਸਾਨੂੰ ਕਿਵੇਂ ਫੜਿਆ ਤੇ ਮਹਾਰਾਜ ਕਹਿੰਦੇ ਮਾਇਆ ਮਮਤਾ ਪਵੈ ਖਿਆਲੀ ਉਹਨੇ ਸਾਡੇ ਫੁਰਨਿਆਂ ਦੇ ਉੱਪਰ ਹੀ ਜਾਲ ਪਾਇਆ ਆ ਵਾ ਫੁਰਨਿਆਂ ਦੇ ਵਿੱਚ ਅਸੀਂ ਬੰਨੇ ਆ ਤੇ ਫੁਰਨਿਆਂ ਦੇ ਉੱਪਰ ਜਾਲ ਪਾ ਕੇ ਇਹਨਾਂ ਨੂੰ ਨੈਗੇਟਿਵ ਕਰ ਦਿੰਦੀ ਆ ਮਾਇਆ ਮਮਤਾ ਪਵੇ ਖਿਆਲੀ ਜੰਪੁਰ ਫਸੈਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੈ ਖਵਾਰੀ ਜੀਓ ਮਹਾਰਜ ਕਹਿੰਦੇ ਮਾਇਆ ਐਨੀ ਸ਼ੈਤਾਨ ਹੈ ਤੁਹਾਡੇ ਵਿਚਾਰਾਂ ਦੇ ਉੱਪਰ ਜਾਲ ਪਾ ਦਿੰਦੀ ਹੈ ਤੇ ਉਹ ਤੁਹਾਨੂੰ ਵਿਚਾਰ ਐਨੀ ਤੇਜ਼ੀ ਦੇ ਨਾਲ ਆਉਂਦੇ ਆ ਵਿਚਾਰ ਕੱਟਣ ਦਾ ਤਰੀਕਾ ਤੁਹਾਡੇ ਕੋਲ ਹੈ ਨਹੀਂ ਤੇ ਤੁਸੀਂ ਬੰਨੇ ਰਹਿੰਦੇ ਹੋ ਕਿਤੇ ਮੇਰਾ ਨੁਕਸਾਨ ਨਾ ਹੋ ਜੇ ਮੇਰੇ ਪਰਿਵਾਰ ਦਾ ਨੁਕਸਾਨ ਨਾ ਹੋ ਜੇ ਆ ਮੈਨੂੰ ਘਾਟਾ ਨਾ ਪੈ ਜੇ ਦਿਨ ਰਾਤ ਤੁਹਾਡੇ ਅੰਦਰ ਇਹ ਵਿਚਾਰ ਚੱਲੀ ਜਾਂਦੇ ਜਦੋਂ ਵਿਚਾਰ ਜਾਦੇ ਚੱਲਦੇ ਆ ਫਿਰ ਕ੍ਰੋਧ ਵਧਣ ਲੱਗ ਜਾਂਦਾ ਹੈ ਕ੍ਰੋਧ ਵਧਦਾ ਤਾਂ ਦੇਹੀ ਨੂੰ ਦੁੱਖ ਲੱਗ ਜਾਂਦੇ ਆ ਕਦੇ ਕਾਮ ਵੱਧਦਾ ਹੈ ਕਦੇ ਕੋਈ ਵਿਚਾਰ ਵੱਧਦਾ ਹੈ ਤੇ ਮਹਾਰਾਜ ਕਹਿੰਦੇ ਆ ਵੀ ਮਾਇਆ ਤੁਹਾਡੇ ਫੁਰਨਿਆਂ ਤੇ ਜਾਲ ਪਾਉਂਦੀ ਹੈ ਤੇ ਜੇ ਤੁਸੀਂ ਮਾਇਆ ਦੇ ਬੰਨਣਾ ਚੋਂ ਨਿਕਲਣਾ ਹੈ ਤਾਂ ਵਾਹਿਗੁਰੂ ਗੁਰਮੰਤਰ ਸ਼ਬਦ ਦਾ ਸਹਾਰਾ ਲਓ ਜਦੋਂ ਤੁਸੀਂ ਸ਼ਬਦ ਦੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਗੁਰਮੰਤਰ ਨੂੰ ਜਪੋਗੇ ਆਪ ਦੀ ਆਵਾਜ਼ ਨੂੰ ਸੁਣੋਗੇ ਇਹ ਮਾਇਆ ਦਾ ਜਾਲ ਫਿਰ ਕੱਟਿਆ ਜਾਊਗਾ ਫਿਰ ਵਿਚਾਰ ਪਿੱਛੇ ਹਟਣਗੇ ਸ਼ਬਦ ਦੇ ਅਭਿਆਸ ਤੋਂ ਬਿਨਾਂ ਤੁਹਾਡੇ ਵਿਚਾਰ ਨਹੀਂ ਖਤਮ ਹੋਣੇ ਮਹਾਰਾਜ ਕਹਿੰਦੇ ਜਦੋਂ ਤੁਹਾਨੂੰ ਫੁਰਨੇ ਤੰਗ ਕਰਦੇ ਆ ਤੁਹਾਨੂੰ ਕਰੋਧ ਤੰਗ ਕਰਦਾ ਤੁਹਾਨੂੰ ਲੱਗਦਾ ਵੀ ਹੁਣ ਮੇਰਾ ਮਨ ਵਿਚਾਰਾਂ ਵਿੱਚ ਚਲਾ ਜਾਊਗਾ ਮੇਰੀ ਨੀਂਦ ਖਤਮ ਹੋ ਜਾਣੀ ਹੈ ਉਸੇ ਵਕਤ ਹੀ ਕਹਿੰਦੇ ਗੁਰੂ ਦੇ ਸ਼ਬਦ ਦਾ ਰੱਖਿਆ ਚੱਕਰ ਬਣਾ ਲਿਆ ਕਰੋ ਕੀ ਕਹਿੰਦੇ ਗੁਰ ਕਾਬ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਇ ਕਰ ਇਹ ਪੰਜੇ ਜਮ ਫਿਰ ਪਿੱਛੇ ਹਟ ਜਾਂਦੇ ਆ ਤੁਸੀਂ ਸ਼ਬਦ ਦਾ ਰੱਖਿਆ ਚੱਕਰ ਬਣਾਉਣਾ ਸਿੱਖੋ ਜੀਵਨ ਦੀ ਬਾਜੀ ਵੀ ਜਿੱਤ ਜਾਓਗੇ ਜਨਮ ਮਰਨ ਤੋਂ ਵੀ ਰਹਿਤ ਹੋ ਜਾਓਗੇ ਫੁਰਨੇ ਵੀ ਤੁਹਾਡੇ ਕੰਟਰੋਲ ਵਿੱਚ ਆ ਜਾਣਗੇ ਕਿਉਂਕਿ ਭਗਤਾਂ ਨੇ ਪੰਜਾਂ ਦੂਤਾਂ ਨੂੰ ਵਸ ਕਰ ਲਿਆ ਕੀਤਾ ਕਿਵੇਂ ਗੁਰੂ ਦੇ ਸ਼ਬਦ ਨਾਲ ਪੰਚ ਦੂਤ ਤੁਦ ਵਸ ਕੀਨੇ ਕਾਲ ਕੰਟਕ ਇਹ ਪੰਜਾਂ ਨੂੰ ਵਸ ਕਰਨ ਦਾ ਤਰੀਕਾ ਕੇਵਲ ਤੇ ਕੇਵਲ ਸੰਤ ਗੁਰਮਖ ਭਗਤ ਦੱਸਦੇ ਐ ਜੋ ਕਿ ਗੁਰਬਾਣੀ ਗੁਰੂ ਦੇ ਵਿੱਚ ਬੈਠੇ ਐ ਤਾਂ ਹੀ ਤਾਂ ਉਹਨਾਂ ਨੇ ਕਹਿ ਦਿੱਤਾ ਸ਼ੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਹੁਣ ਕੱਲਾ ਆਪਾਂ ਇਹ ਨਹੀਂ ਗੱਲ ਕਹਿਣੇ ਵੀ ਨਾਮ ਜਪਿਆ ਕਰੋ ਨਾਲ ਆਪਾਂ ਇਹ ਦੱਸਣਾ ਵੀ ਜੇ ਨਾਮ ਜਪਣਾ ਹੈ ਤਾਂ ਕਿਵੇਂ ਜਪਣਾ ਹੈ ਤੇ ਨਾਲ ਜਪਉਣਾ ਵੀ ਹੈ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਕਬੀਰ ਸੇਵਾ ਕੋ ਦੋਇ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਤੇ ਨਾਮ ਜਪਣਾ ਕਿਵੇਂ ਆ ਉਹ ਵੀ ਆਪਾਂ ਗੁਰਬਾਣੀ ਗੁਰੂ ਤੋਂ ਪੁੱਛਣਾ ਤਾਂ ਬਚਨ ਕਰਦੇ ਆ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧੰਨ ਸੇ ਸਹੀ ਨਾਨਕਾ ਤੇ ਦੂਜਾ ਬਚਨ ਹੋਰ ਸੌਖਾ ਦੱਸਦੇ ਆ ਗੁਣ ਗਾਵਤ ਤੇਰੀ ਉਤਰ ਸਮੈਲ ਪਿੰਡ ਸਜਾਏ ਹਉਮੈ ਬਿਕਫੈਲ ਉਹ ਅਚਿੰਤ ਬਸਹਿ ਸੁਖ ਨਾਲ ਸਾਸ-ਗ੍ਰਾਸ ਹਰਨਾਮ ਸਾਸ-ਗ੍ਰਾਸ ਕੀ ਹੈ ਇਹ ਸਵਾਸਾਂ ਦੀ ਗ੍ਰਾਂਹੀ ਸਾਨੂੰ ਪਰਮੇਸ਼ਰ ਦੇ ਰਿਹਾ ਇੱਕ ਜਿਹੜਾ ਸਾਹ ਅੰਦਰ ਚਲਾ ਗਿਆ ਇੱਕ ਬਾਹਰ ਆ ਗਿਆ ਇਹਨੂੰ ਸਾਸ-ਗ੍ਰਾਸ ਕਹਿੰਦੇ ਆ ਸਵਾਸ ਦੀ ਗ੍ਰਾਂਹੀ ਦਿੰਦਾ ਜਿਵੇਂ ਆਪਾਂ ਨੂੰ ਮਾਤਾ ਰੋਟੀ ਦੀ ਭੋਜਨ ਦੀ ਗ੍ਰਾਂਹੀ ਦਿੰਦੀ ਆ ਨਾ ਇੱਕ ਗ੍ਰਾਂਹੀ ਦੇ ਦਿੰਦੀ ਅਸੀਂ ਖਾ ਲਈ ਫਿਰ ਦੂਜੀ ਪਾ ਦਿੰਦੀ ਆ ਇਸੇ ਤਰੀਕੇ ਮਹਾਰਾਜਾ ਜੀ ਪਾਸ਼ਾ ਆਪੇ ਕਰਤਾ ਕਰ ਕਰ ਦੇਖਿਆ ਦੇਂਦਾ ਸਾਸ ਗ੍ਰਾਹੇ ਸਵਾਸਾਂ ਦੀ ਗ੍ਰਾਹੀ ਸਾਨੂੰ ਦੇਂਦਾ ਤੇ ਮਹਾਰਾਜ ਕਹਿੰਦੇ ਜਿਵੇਂ ਸਵਾਸਾਂ ਦੀ ਗ੍ਰਾਹੀ ਦਿੱਤੀ ਜਾ ਰਹੀ ਆ ਇੱਕ ਸਾਹ ਅੰਦਰ ਜਾਂਦਾ ਇੱਕ ਬਾਹਰ ਆਉਂਦਾ ਇਸੇ ਤਰੀਕੇ ਤੂੰ ਨਾਮ ਜਪਣਾ ਹੁਣ ਵਾਹਿਗੁਰੂ ਗੁਰਮੰਤਰ ਸਾਨੂੰ ਦਿੱਤਾ ਸਾਹ ਅੰਦਰ ਜਾਂਦਾ ਤੇ ਕਹਿੰਦੇ ਵਾਹਿ ਸਾਹ ਬਾਹਰ ਆਉਂਦਾ ਤੇ ਕਹਿੰਦੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਸ ਤਰ੍ਹਾਂ ਜਪਣਾ ਤੇ ਨਾਲ ਵੀ ਦੀ ਦੱਸੀ ਵੀ ਜਦੋਂ ਜਪਣਾ ਉਦੋਂ ਧਿਆਨ ਕਿਦਾ ਲੈਣਾ ਫਿਰ ਜਦੋਂ ਅਪਨਾਮ ਜਪਣਾ ਕਹਿੰਦੇ ਨੇਤਰ ਬੰਦ ਕਰਨੇ ਆ ਮੁਖੋਂ ਜਪਣਾ ਤੇ ਆਪ ਦੀ ਆਵਾਜ਼ ਨੂੰ ਸੁਣਨਾ ਧੰਮੈ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕਥ ਕਹਾਣੀ ਤੇ ਮਹਾਰਾਜ ਕਹਿੰਦੇ ਵੀ ਜਿਹੜਾ ਨਾਮ ਦਾ ਸ਼ਬਦ ਦਾ ਧਿਆਨ ਲੈਂਦਾ ਆਪ ਦੀ ਆਵਾਜ਼ ਵਿੱਚ ਧਿਆਨ ਰੱਖਦਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਤੇ ਕਹਿੰਦੇ ਪੰਜੇ ਦੂਤ ਉਹਨੂੰ ਪੂਰ ਨਹੀਂ ਸਕਦੇ ਤੇ ਜਦੋਂ ਪੰਜੇ ਤੁਹਾਡੇ ਲਾਗੇ ਨਾ ਲੱਗੇ ਤੁਹਾਡੇ ਅੰਦਰ ਨਿੰਦਿਆ ਦੁਸ਼ੈ ਚੁਗਲੀ ਆਪਣੇ ਆਪ ਹੀ ਖਤਮ ਹੋ ਜਾਏਗੀ ਕਿਉਂਕਿ ਇਹ ਪੰਜੇ ਹੀ ਸਾਡੇ ਮਨ ਨੂੰ ਫੜ ਕੇ ਅੰਦਰੋਂ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆ ਮਨ ਨੂੰ ਪੰਜਾਂ ਦੀ ਗ੍ਰਿਫਤ ਦੇ ਵਿੱਚੋਂ ਨਿਕਲਣਾ ਨਹੀਂ ਆਉਂਦਾ ਤੇ ਮਨ ਜਿਵੇਂ ਅੰਦਰੋਂ ਵਿਚਾਰ ਆਉਂਦੇ ਆ ਉਹੀ ਫਿਰ ਦੂਜਿਆਂ ਨੂੰ ਬੋਲੀ ਜਾਂਦਾ ਜਿੰਦਰੋ ਕਰੋਧ ਦੇ ਵਿਚਾਰ ਆਉਣ ਲੱਗੇ ਦੂਜੇ ਨਾਲ ਕਰੋਧ ਕਰਨ ਲੱਗ ਗਿਆ ਥੋੜੇ ਸਮੇਂ ਬਾਅਦ ਜਦੋਂ ਸ਼ਾਂਤ ਹੁੰਦਾ ਆਪਦੇ ਮੂੰਹੋਂ ਹੀ ਕਹਿ ਦਿੰਦਾ ਵੀ ਮਾਫ ਕਰਿਓ ਮੈਨੂੰ ਪਤਾ ਨਹੀਂ ਲੱਗਾ ਕਦੋਂ ਕ੍ਰੋਧ ਆ ਗਿਆ ਮੈਨੂੰ ਤੇ ਅਗਲਾ ਵੀ ਕਹਿੰਦਾ ਜੇ ਕ੍ਰੋਧ ਆ ਗਿਆ ਤੇ ਫਿਰ ਕੰਟਰੋਲ ਕਰਨਾ ਸੀ ਇਹ ਕਹਿੰਦਾ ਜੀ ਮੇਰੇ ਤੋਂ ਹੋਇਆ ਨਹੀਂ ਮਾਫ ਕਰਿਓ ਮੇਰੇ ਕਾਮ ਦੇ ਵਿਚਾਰ ਚੱਲ ਪਏ ਸੀ ਅਗਲਾ ਕਹਿੰਦਾ ਕੰਟਰੋਲ ਕਰਨਾ ਸੀ ਕਿਤੇ ਜੀ ਮੇਰੇ ਤੋਂ ਹੋਇਆ ਨਹੀਂ ਅਸੀਂ ਆਪ ਹੀ ਕਹਿੰਦੇ ਹਾਂ ਇਹ ਹਾਲਾਤ ਆ ਸਾਡੇ ਕਿ ਪੰਜਿਆਂ ਦੇ ਵਿੱਚੋਂ ਕੋਈ ਵੀ ਆ ਕੇ ਸਾਡੇ ਮਨ ਨੂੰ ਕਾਬੂ ਕਰਕੇ ਬਚਨ ਕਰਵਾ ਦਿੰਦਾ ਹੈ ਸਾਡੇ ਅੱਖਾਂ ਦੇ ਵਿੱਚ ਬੈਠ ਕੇ ਮਾੜਾ ਰੂਪ ਦੇਖ ਲੈਂਦਾ ਹੈ ਮਾੜੇ ਬਚਨ ਕਰਨਾ ਚ ਸੁਣ ਲੈਂਦਾ ਹੈ ਸਾਡਾ ਕੰਟਰੋਲ ਨਹੀਂ ਗੁਰੂ ਸਾਹਿਬ ਕਹਿੰਦੇ ਇਹੀ ਕਾਰਨ ਹੈ ਜਿਹੜਾ ਜਨਮ ਮਰਨ ਦੇ ਵਿੱਚ ਤੁਹਾਨੂੰ ਲੈ ਜਾਂਦਾ ਹੈ ਤੇ ਜੇ ਤੁਸੀਂ ਮਨ ਨੂੰ ਵਿਚਾਰਾਂ ਤੋਂ ਪਿੱਛੇ ਹਟਾਉਣਾ ਸਿੱਖ ਲਓ ਸ਼ਬਦ ਦੁਆਰਾ ਮਨ ਨੂੰ ਕੰਟਰੋਲ ਕਰਨਾ ਸਿੱਖ ਲਓ ਮਹਾਰਾਜ ਕਹਿੰਦੇ ਤੁਹਾਡਾ ਜਨਮ ਅਤੇ ਮਰਨ ਦਾ ਰੋਗ ਖਤਮ ਹੋ ਜਾਏਗਾ ਜਿੰਨੂ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏਗੋ ਪਰ ਉਹ ਨਿਜ ਘਰ ਚ ਕਿਵੇਂ ਜਾਈਏ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਜਦੋਂ ਨਾਮ ਦੇ ਵਿੱਚ ਮਨ ਸਮਾਏਗਾ ਨਾਮ ਵਿੱਚ ਸਮਾਉਣਾ ਕੀ ਹੁੰਦਾ ਜਦੋਂ ਅਸੀਂ ਮੁਖ ਤੋਂ ਵਹਿਗੁਰੂ ਦਾ ਜਾਪ ਕਰ ਰਹੇ ਹਾਂ ਸਾਨੂੰ ਕੋਈ ਵੀ ਵਿਚਾਰ ਨਹੀਂ ਆ ਰਿਹਾ ਚਾਹੇ ਚਾਹੇ ਵਹਿਗੁਰੂ ਦੀ ਧੋਨਾ ਹੈ ਉਹਨੂੰ ਸੁਣ ਰਹੇ ਆ ਜਾਂ ਜਪ ਰਹੇ ਆ ਜਦੋਂ ਕੋਈ ਵੀ ਵਿਚਾਰ ਨਹੀਂ ਆਉਂਦਾ ਇਕ ਚਿੱਤ ਹੋ ਕੇ ਅਸੀਂ ਸਿਮਰਨ ਕਰਦੇ ਆ ਸਾਨੂੰ ਐ ਲੱਗਦਾ ਨਾ ਸਾਡਾ ਸਰੀਰ ਮਹਿਸੂਸ ਹੁੰਦਾ ਨਾ ਨਾਲ ਦਾ ਮਹਿਸੂਸ ਹੁੰਦਾ ਇਕ ਚਿੱਤ ਹੋ ਕੇ ਸਿਰਫ ਵਾਹਿਗੁਰੂ ਦੀ ਆਵਾਜ਼ ਬੋਲ ਰਹੇ ਆ ਸੁਣ ਰਹੇ ਆ ਬੋਲ ਰਹੇ ਆ ਸੁਣ ਰਹੇ ਆ ਉਹ ਕਹਿੰਦੇ ਨਾਮ ਦੇ ਵਿੱਚ ਸਮਾਜ ਇਹਨੂੰ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਨਾਮ ਵਿੱਚ ਮਨ ਉਦੋਂ ਸਮਾਉਂਦਾ ਜਦੋਂ ਵਿਚਾਰਾਂ ਤੋਂ ਉੱਪਰ ਉੱਠ ਕੇ ਆਪਾਂ ਸਿਮਰਨ ਕਰਦੇ ਆ ਤੇ ਜੇ ਆਪਾਂ ਸਿਮਰਨ ਵੀ ਕਰੀ ਜਾ ਰਹੇ ਆ ਨਾਲ ਫੁਰਨੇ ਵੀ ਆਈ ਜਾ ਰਹੇ ਆ ਪਾਣੀ ਵੀ ਪੜ ਰਹੇ ਆ ਤੇ ਨਾਲ ਫੁਰਨੇ ਵੀ ਆ ਰਹੇ ਆ ਉਹ ਨਾਮ ਵਿੱਚ ਆਪਾਂ ਫਿਰ ਹਜੇ ਸਮਾਏ ਨਹੀਂ ਹਜੇ ਬੰਦਗੀ ਅਧੂਰੀ ਹੈ ਮਿਹਨਤ ਅਧੂਰੀ ਹੈ ਤੇ ਮਹਾਰਾਜ ਕਹਿੰਦੇ ਵੀ ਜਿੰਨੀ ਦੇਰ ਤੱਕ ਨਾਮ ਦੇ ਵਿੱਚ ਸਮਾਉਂਦੇ ਨਹੀਂ ਉਨੀ ਦੇਰ ਤੱਕ ਜਨਮ ਮਰਨ ਦਾ ਰੋਗ ਨਹੀਂ ਕਟਿਆ ਜਾਂਦਾ ਕਿਉਂਕਿ ਮਹਾਰਾਜ ਕਹਿੰਦੇ ਆ ਵੀ ਪੰਜਾਂ ਦੀ ਗਿਰਪਤ ਦੇ ਵਿੱਚੋਂ ਪੰਜਾਂ ਦੇ ਜਾਲ ਨੂੰ ਬਿਲਕੁਲ ਖਤਮ ਕਰ ਇਹਨਾਂ ਨਾਲ ਜੁੱਧ ਕਰਨ ਤੇ ਉਨੀ ਦੇਰ ਤੱਕ ਸਿਮਰਨ ਦਾ ਯੁੱਧ ਕਰੀ ਜਾ ਜਿੰਨੀ ਦੇਰ ਤੱਕ ਇਹਨਾਂ ਨੂੰ ਖਤਮ ਕਰਕੇ ਤੂੰ ਅੰਮ੍ਰਿਤ ਨਹੀਂ ਪ੍ਰਾਪਤ ਕਰ ਲੈਂਦਾ ਤੂੰ ਨਾਦ ਦੀ ਉਹ ਆਵਾਜ਼ ਨੂੰ ਸੁਣਨ ਨਹੀਂ ਲੱਗ ਜਾਂਦਾ ਕੀ ਕਹਿੰਦੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਆਵ ਜੂਜਣ ਕੋ ਦਾ ਇਕਬੀਰ ਸਾਹਿਬ ਦਾ ਸ਼ਬਦ ਹੈ ਕਬੀਰ ਸਾਹਿਬ ਨੇ ਦੁਨੀਆਵੀ ਤੌਰ ਤੇ ਕੋਈ ਯੁੱਧ ਨਹੀਂ ਕੀਤਾ ਇਹ ਉਹਨਾਂ ਦਾ ਸ਼ਬਦ ਹੈ ਇਹ ਮਨ ਦਾ ਜੁੱਧ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਸਿਮਰਨ ਕਰਦਿਆਂ ਕਰਦਿਆਂ ਤੇਰਾ ਮਨ ਵਸ ਨਹੀਂ ਆਉਂਦਾ ਅੰਦਰੋਂ ਉਹ ਅਨਹਦ ਬਾਣੀ ਦੇ ਸਾਜ ਤੈਨੂੰ ਨਹੀਂ ਸੁਣਦੇ ਅੰਮ੍ਰਿਤ ਦੀ ਵਰਖਾ ਤੇਰੇ ਤੇ ਨਹੀਂ ਹੁੰਦੀ ਓਨੀ ਦੇਰ ਤੱਕ ਤੂੰ ਜੁੱਧ ਕਰੀ ਜਾਣਾ ਸਿਮਰਨ ਕਰੀ ਜਾਣਾ ਕਰੀ ਜਾਣਾ ਬਾਰੰਗ ਬਾਰ 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 ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤੰਤਰ ਪੀ ਤੇ ਜੇ ਅਸੀਂ ਸਿਮਰਨ ਦਾ ਜੁੱਧ ਨਾ ਕੀਤਾ ਪੰਜਾਂ ਦੂਤਾਂ ਨੂੰ ਵਸ ਨਾ ਕੀਤਾ ਵਿਚਾਰਾਂ ਤੋਂ ਸਾਡਾ ਮਨ ਪਿੱਛੇ ਨਾ ਹਟਿਆ ਤੇ ਗੁਰਮਖੋ ਜਿਵੇਂ ਸੰਸਾਰ ਦੇ ਵਿੱਚ ਆਏ ਆ ਉਵੇਂ ਹੀ ਅਸੀਂ ਇਤੋਂ ਚਲੇ ਜਾਵਾਂਗੇ ਬਰੰਗ ਕੋਈ ਲਾਹਾ ਨਹੀਂ ਤਾਂ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜਨਾ ਇਹੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਦੀ ਅਕਰਥ ਕਥਾ ਹੈ ਉਹਨਾਂ ਨੇ ਸਾਨੂੰ ਸ਼ਬਦ ਦੁਆਰਾ ਮਨ ਨੂੰ ਜਿੱਤਣਾ ਸਿਖਾਇਆ ਕਿੰਨੀ ਪਰਵਾਰ ਦੇ ਵਿੱਚ ਦੁੱਬਦਾ ਪੈ ਗਈ ਸੀ ਪਰ ਸਤਿਗੁਰ ਜੀ ਸ਼ਬਦ ਦੇ ਰੰਗ ਦੇ ਵਿੱਚ ਐਨੀ ਸਹਿਜ ਵਿੱਚ ਬੈਠੇ ਰਹੇ ਉਹਨਾਂ ਨੂੰ ਜੀਵਾ ਨੇ ਕਿੰਨੇ ਮੰਦੇ ਬਚਨ ਵੀ ਕਹੇ ਉਹਨਾਂ ਨੂੰ ਕਮਲਾ ਵੀ ਕਿਹਾ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਦਰਬਾਰ ਸਾਹਿਬ ਦੇ ਅੰਦਰ ਨਹੀਂ ਵੜਨ ਦਿੱਤਾ ਘਰ ਬਾਹਰ ਤੋਂ ਉਹਨਾਂ ਨੂੰ ਬੇਪੱਤ ਕੀਤਾ ਪਰ ਨਾਮ ਦੀ ਐਨੀ ਠੰਡਕ ਸੀਗੀ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਦੇਖੋ ਫਿਰ ਉਹਨਾਂ ਨੂੰ ਪ੍ਰਗਟ ਕੀਤਾ ਇਹ ਮਹਾਪੁਰਖਾਂ ਦੇ ਪਾਸ ਸ਼ਬਦ ਦੀ ਉਹ ਠੰਡ ਹੁੰਦੀ ਹੈ ਸ਼ਬਦ ਦੀ ਉਹ ਤਾਕਤ ਹੁੰਦੀ ਹੈ ਤਾਂ ਹੀ ਉਹ ਸੰਸਾਰ ਦੀ ਅਗਣ ਤੋਂ ਬਚਦੇ ਨੇ ਕੱਲ ਤਾਤੀ ਅੰਡਾ ਹਰ ਨਾਉ ਤੇ ਅਸੀਂ ਸੰਸਾਰੀ ਜੀਵ ਕਲਯੁਗ ਦੀ ਅਗਣ ਦੀ ਗਿਰਫਤ ਵਿੱਚ ਤਾਂ ਆ ਜਾਂਦੇ ਹਾਂ ਕਿਉਂਕਿ ਸਾਡੇ ਕੋਲ ਨਾਮ ਦੀ ਠੰਡਕ ਨਹੀਂ ਹੈ ਸਾਨੂੰ ਨਾਮ ਦੁਆਰਾ ਰੱਖਿਆ ਚੱਕਰ ਨਹੀਂ ਬਣਾਉਣਾ ਹੁੰਦਾ ਸਾਨੂੰ ਨਾਮ ਦੁਆਰਾ ਪੰਜਾਂ ਦੂਤਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅੱਜ ਅਸੀਂ ਮਹਾਪੁਰਖਾਂ ਦਾ ਦਿਹਾੜਾ ਮਨਾਉਨੇ ਪਿਆ ਅਸੀਂ ਉਹਨਾਂ ਦੇ ਜੀਵਨ ਤੋਂ ਇਹ ਸਿੱਖਣਾ ਵੀ ਐਨੀ ਦੁਬਦਾ ਹੁੰਦਿਆਂ ਐਨੇ ਮੰਦੇ ਬਚਨ ਸੁਣਦਿਆਂ ਪਰਿਵਾਰ ਦੇ ਵਿੱਚ ਵੀ ਉਹਨਾਂ ਦੀ ਦੁਬਧਾ ਹੋਈ ਸੰਸਾਰ ਨੇ ਵੀ ਉਹਨਾਂ ਦੀ ਦੁਬਧਾ ਕੀਤੀ ਪਰ ਮਹਾਪੁਰਸ਼ ਕਿਹੜੀ ਜੁਗਤੀ ਸੀ ਵੀ ਜਿਹੜੀ ਉਹ ਪੂਰੀ ਠੰਡਕ ਦੇ ਵਿੱਚ ਨਾਮ ਦੀ ਠੰਡਕ ਦੇ ਵਿੱਚ ਜੁੜੇ ਰਹੇ ਤੇ ਅਕਾਲ ਪੁਰਖ ਨੇ ਉਹਨਾਂ ਨੂੰ ਪ੍ਰਗਟ ਕੀਤਾ ਤੇ ਉਹ ਨਾਮ ਦੀ ਠੰਡ ਉਹ ਗੁਰਮੰਤਰ ਦੀ ਠੰਡ ਸੀ ਜਿਨ੍ਹਾਂ ਨੇ ਲੋਕ ਅਤੇ ਪਰਲੋਕ ਉਹਨਾਂ ਦੀ ਸ਼ੋਭਾ ਕਰਵਾਇ ਸੁਭਾਉ ਗੁਰਮੁਖ ਪਿਆਰਿਓ ਜਿਸ ਗੁਰਮੰਤਰ ਵਹਿਗੁਰੂ ਦੀ ਆਪਾ ਵਿਚਾਰ ਕੀਤੀ ਹੈ ਜੋ 10ਵੇਂ ਪਾਤਸ਼ਾਹ ਜੀ ਨੇ ਜਪਾਇਆ ਜੋ ਨੌਵੇਂ ਪਾਤਸ਼ਾਹ ਜੀ ਨੇ ਕਿਹਾ RAM ਸਿਮਰ RAM ਸਿਮਰ ਇਹ ਤੇਰੇ ਇਹੀ ਤੇਰਾ ਕਰਮ ਹੈ ਵਾਰ-ਵਾਰ ਸ਼ਬਦ ਦਾ ਅਭਿਆਸ ਕਰ ਤੇ ਆਓ ਥੋੜੀ ਦੇਰ ਦੇ ਲਈ ਨੇਤਰ ਬੰਦ ਕਰਕੇ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਆਓ ਸਾਰੇ ਆਪਾਂ ਥੋੜੀ ਦੇਰ ਦੇ ਲਈ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਕਿਉਂਕਿ ਮਹਾਰਾਜ ਨੇ ਕਿਹਾ ਹੈ ਆ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਇਸੇ ਜਪ ਦੇ ਨਾਲ ਹੀ ਸਾਡੀ ਮਨ ਦੀ ਹਉਮੈ ਖਤਮ ਹੋਣੀ ਆ ਤੇ ਜਪਣ ਦਾ ਤਰੀਕਾ ਦੱਸਿਆ ਆ ਜੀਭਾ ਦੇ ਨਾਲ ਅੰਤਰਗੁਰ ਅਰਾਧਨਾ ਜੀਭਾ ਜਪ ਗੁਰ ਆਓ ਫਿਰ ਨੇਤਰ ਬੰਦ ਕਰਕੇ ਸਵਾਸ ਗ੍ਰਾਸ ਵਿਧੀ ਦੇ ਨਾਲ ਵਹਿਗੁਰੂ ਗੁਰਮੰਤਰ ਦੇ ਜਪ ਕਰੀਏ ਉਪਰੰਤ ਫਿਰ ਸਮਾਪਤੀ ਹੋਏਗੀ ਅੱਗੇ ਗੁਰਮੁਖ ਪਿਆਰਿਆਂ ਨੇ ਜਿਸ ਤਰ੍ਹਾਂ ਪ੍ਰੋਗਰਾਮ ਲੀਕਿਆ ਹੈ ਉਹਦੇ ਨਾਲ ਫਿਰ ਆਪ ਜੀ ਨੂੰ ਹੋਰ ਅਮਰਤਮਈ ਬਚਨਾਂ ਦੇ ਲਾ혜 ਦਿੱਤੇ ਜਾਣਗੇ ਆਓ ਨੇਤਰ ਬੰਦ ਕਰਕੇ ਉਦੋਂ 4 ਮਿੰਟ ਆਪਾਂ ਵਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਥਾਰਿਆਂ ਨੂੰ ਬੇਨਤੀ ਹੈ ਕਿ ਅੱਖਾਂ ਬੰਦ ਕਰਕੇ ਲੋਕ ਲੱਜਾ ਸੰਗ ਸ਼ਰਮ ਤੋਂ ਉੱਪਰ ਉੱਠ ਕੇ ਬੋਲ ਬੋਲ ਕੇ ਜਾਪ ਕਰਨਾ ਇਹ ਨਾ ਹੋਵੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਕਿਉਂਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚੋਂ ਬਰਕਤਾਂ ਲੈਣ ਆਏ ਆਂ ਪੰਜਾਂ ਦੂਤਾਂ ਦੀ ਤੁਸੀਂ ਗੱਲ ਸੁਣੀ ਹੈ ਮਨ ਦੀ ਗੱਲ ਸੁਣੀ ਹੈ ਜਨਮ ਮਰਨ ਦੀ ਗੱਲ ਸੁਣੀ ਹੈ ਤੇ ਆਓ ਸੰਗਤ ਦਾ ਇਹੀ ਲਾਹਾ ਹੁੰਦਾ ਹੈ ਇਹ ਸਾਰੀਆਂ ਸੁਰਤੀਆਂ ਮਿਲ ਕੇ ਜਦੋਂ ਨਾਮ ਜਪਦੀਆਂ ਐ ਇੱਕੋ ਕੀਮਤ ਹੋ ਜਾਂਦੀ ਐ ਸਭ ਸੁਰਤੀ ਮਿਲ ਤਕਮਾਈ ਸਭ ਕੀਮਤ ਮਿਲ ਸਾਰੀ ਇੱਕ ਕੀਮਤ ਹੋ ਜਾਂਦੀ ਕਿਉਂਕਿ ਸੰਗਤ ਵਿੱਚ ਜਿੰਨੇ ਗੁਰਮਖ ਬੈਠੇ ਐ ਜਦੋਂ ਇਕੱਠੇ ਹੋ ਕੇ ਨਾਮ ਜਪਦੇ ਨੇ ਤੇ ਫਿਰ ਇੱਕੋ ਨਾਮ ਦੀ ਬਹੁਤ ਵੱਡੀ ਪ੍ਰਚੰਡ ਤਾਕਤ ਬਣ ਕੇ ਸਾਡੇ ਜਨਮ ਤੇ ਮਰਨ ਨੂੰ ਖਤਮ ਕਰ ਦਿੰਦੀ ਐ ਆਓ ਨੇਤਰ ਬੰਦ ਕਰਕੇ ਦੋ ਚਾਰ ਮਿੰਟ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ ਵਾਹਿਗੁਰੂ Ah, guru wa 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 guru

ਗੁਰੂ 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 ਵਾਹ ਸਹਜ ਸਹਜ ਵਾਹ ਗੁਰੂ ਵਾਹ ਗੁਰੂ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਜਦੋਂ ਸੰਗਤ ਦੇ ਵਿੱਚ ਜਾਪ ਹੁੰਦਾ ਹੈ ਤੇ ਸੰਗਤ ਦੇ ਨਾਲ ਆਵਾਜ਼ ਰਲਾ ਕੇ ਹੀ ਸਿਮਰਨ ਕਰਨਾ ਹੁੰਦਾ ਹੈ। ਕਈ ਵਾਰੀ ਅਸੀਂ ਆਪ ਦੀ ਵੱਖਰੀ ਆਵਾਜ਼ ਬਣਾਉਂਦੇ ਆਂ। ਇਹਦੇ ਵਿੱਚ ਕਾਫੀ ਵਾਰਤ ਰਾਜ ਵੀ ਦੇਖਣ ਨੂੰ ਮਿਲਿਆ ਜਾਂਦਾ ਹੈ ਕਿ ਵੀ ਪਤਾ ਨਹੀਂ ਸਿਮਰਨ ਕਰਾਉਂਦਿਆਂ ਚੀਕਾਂ ਮਰਾਉਣ ਲੱਗ ਜਾਂਦੇ ਆ। ਐਸੀ ਗੁਰਬਾਣੀ ਦੇ ਵਿੱਚ ਕੋਈ ਵਿਧੀ ਨਹੀਂ ਹੈ। ਠੀਕ ਹੈ ਸਾਡੇ ਮਨ ਨੂੰ ਵਿਰਾਗ ਬਹੁਤ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਿਮਰਨ ਸਾਡੇ ਅੰਦਰ ਵਸੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ ਹੋਇਆ ਹੈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਸੰਗਤ ਦੇ ਨਾਲ ਜਦੋਂ ਅਸੀਂ ਮਿਲ ਕੇ ਸਿਮਰਨ ਕਰਾਂਗੇ ਨਾ ਉਹਦਾ ਇੱਕ ਆਨੰਦ ਹੀ ਵੱਖਰਾ ਲਹਿ ਬਣ ਜਾਂਦੀ ਹੈ ਤੇ ਕਈ ਵਾਰੀ ਸਾਡਾ ਮਨ ਵਿਰਾਗ ਕਰਦਾ ਉਸ ਨੂੰ ਕੰਟਰੋਲ ਕਰਨਾ ਹੁੰਦਾ ਵੀ ਜਿਵੇਂ ਲਾਹਾ ਚੱਲਦਾ ਸਾਰੇ ਸੰਗਤ ਬੈਠ ਕੇ ਜਪਦੀ ਆ ਹੈ ਸਹਜ ਉਸੇ ਦੇ ਨਾਲ ਹੀ ਆਵਾਜ਼ ਨੂੰ ਰਲਾ ਕੇ ਸਿਮਰਨ ਕਰਨਾ ਹੁੰਦਾ ਹੈ ਬੜਾ ਵੱਡਾ ਲਾਹਾ ਬਣਦਾ ਤੇ ਕਈ ਵਾਰੀ ਸਾਡੀ ਆਵਾਜ਼ ਵੱਖਰੀ ਹੋ ਜਾਂਦੀ ਫਿਰ ਸੰਗਤ ਦਾ ਧਿਆਨ ਸ਼ਬਦ ਵਿੱਚੋਂ हट ਕੇ ਸਾਡੇ ਵਿੱਚ ਲੱਗ ਜਾਂਦਾ ਵੀ ਇਹ ਗੁਰਮਖ ਕੀ ਕਰ ਰਿਹਾ ਤੇ ਉਹ ਤਾਂ ਅਸੀਂ ਜੁੜਿਆਂ ਹੋਇਆਂ ਨੂੰ ਫਿਰ ਤੋੜਨ ਦਾ ਕੰਮ ਕਰਦੇ ਹਾਂ ਮਾਫ ਕਰਿਓ ਤੋੜਨਾ ਨਹੀਂ ਜੋੜਨਾ ਹੈ ਕਿ ਦੂਜੇ ਸਾਡੇ ਪਾਸੇ ਦੇਖੀ ਜਾਣ ਵੀ ਭਾਈ ਆ ਗੁਰਮਖ ਪਿਆਰਾ ਕਿਵੇਂ ਚੀਕਾਂ ਮਾਰਦ ਲੱਗ ਪਿਆ ਪਿਆਰ ਦੇ ਨਾਲ ਪਿਆਰ ਦੀ ਪ੍ਰੇਮ ਦੀ ਖੇਡ ਹੈ ਕਿਉਂਕਿ ਮਹਾਰਾਜ ਨੇ ਇਹੀ ਬਚਨ ਕੀਤਾ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਗਫੈਲ ਹੋ ਅਚਿੰਤ ਬਸੈ ਸੁਖ ਨਾਲ ਛਾਸ ਗਰਾਸ ਹਰ ਨਾਮ ਸਮਾਲ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕਿਰਪਾ ਨਾਮ ਦੀ ਠੰਡਕ ਬਖਸ਼ਣ ਇੱਕ ਵਾਰੀ ਫਿਰ ਤੋਂ ਸਾਰੇ ਗੁਰਮੁਖ ਪਿਆਰਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਸ਼ਹਿਰ ਦੇ ਵਿੱਚ ਆਉਣ ਤੇ ਬਹੁਤ-ਬਹੁਤ ਵਧਾਈਆਂ ਜੋ ਉਹਨਾਂ ਦੇ ਪਵਿੱਤਰ ਚਰਨ ਕਮਲ ਇੱਥੇ ਪਏ। ਬਹੁਤ ਧੰਨਵਾਦ ਹੈ। ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦ ਹੈ ਗੁਰਮੁਖ ਪਿਆਰਿਆਂ ਦਾ ਜਿਨ੍ਹਾਂ ਨੇ ਇੱਥੇ ਲੰਬੇ ਸਮੇਂ ਤੋਂ ਗੁਰਮੁਖਾਂ ਨੇ ਹੁਕਮ ਲਾਇਆ ਹੋਇਆ ਸੀਗਾ ਕਿ ਕਦੇ ਨਾ ਕਦੇ ਕੋਈ ਘੰਟਾ ਦਾ ਘੰਟਾ ਬਣਾ ਕੇ ਇੱਥੇ ਵੀ ਸਿਮਨ ਕਰਵਾਇਆ ਜਾਵੇ, ਸੇਵਾ ਕੀਤੀ ਜਾਵੇ। ਤੁਹਾਡਾ ਆਪ ਸਾਰੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜੀ ਦਾ ਗ੍ਰੰਥੀ ਸਿੰਘ ਸਹਿਬਾਨ ਜੀ ਦਾ ਕੀਰਤਨੀ ਜਥਿਆਂ ਦਾ ਗੁਰਮੁਖ ਸੇਵਾਦਾਰਾਂ ਦਾ ਇਲਾਕੇ ਦੇ ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦੇ ਨਾਲ ਬਚਨ ਕਰਦਿਆਂ ਗੁਰਬਾਣੀ ਗੁਰੂ ਦੀ ਉਸਤਤ ਕਰਦਿਆਂ ਸਿਮਰਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਿਆ ਹੋਣ ਗਿਆ ਸੰਗਤ ਅਤੇ ਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬਹੁਤ ਧੰਨਵਾਦ ਭਾਈ ਸਿਮਰਨਜੀਤ ਸਿੰਘ ਜੀ ਟੋਹਣਾ ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਉੱਥੇ ਬੜੇ ਵਧੀਆ ਤਰੀਕੇ ਨਾਲ ਅਖੀਰ ਵਿੱਚ ਉਹਨਾਂ ਦਾ ਗੁਰਤੇਗ ਬਹਾਦਰ ਸੇਵਕ ਜਥਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਬਹੁਤ ਧੰਨਵਾਦੀ ਹਾਂ ਭਾਈ ਸਿਮਰਨਜੀਤ ਸਿੰਘ ਜੀ ਦੇ ਜਿੱਥੇ ਉਹਨਾਂ ਨੇ ਬੜੇ ਪਿਆਰ ਨਾਲ ਇਸ ਗੱਲ ਨੂੰ ਦੱਸਿਆ ਕਿ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਮੈਂ ਬੇਨਤੀ ਕਰਾਂ ਮੈਨੇਜਰ ਸਾਹਿਬ ਸਦਾ ਰਜਿੰਦਰ ਸਿੰਘ ਜੀ ਟੋੜਾ ਗੁਰਦਰਾ ਸਾਹਿਬ ਦੀਖਨੇਵਾਲਣ ਸਾਹਿਬ ਜੋ ਸਟੇਜ ਤੇ ਸਭਾਏਮਾਨ ਨੇ ਉਹਨਾਂ ਦਾ ਸਨਮਾਨ ਗਿਆਨੀ ਪ੍ਰਣਾਮ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਗਿਆਨੀ ਫੂਲਾ ਸਿੰਘ ਜੀ ਗਿਆਨੀ ਸਤੇਵ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਸਨਮਾਨ ਕਰਨ ਦੀ ਕਿਰਪਾਲਤਾ ਕਰਨ ਨਾਲ ਹੀ ਬੇਨਤੀ ਹੈ ਬਹੁਤ ਸਤਿਕਾਰਯੋਗ ਬੀਬੀ ਭਾਈ ਸੰਜੀਵ ਸਿੰਘ ਜੀ ਬਿੱਟੂ ਸਾਹਿਬ ਦਾ ਮੇਅਰ ਜੋ ਕਿ ਯੂਐਸਏ ਗਏ ਨੇ ਉਹਨਾਂ ਦੇ ਧਰਮ ਸਹਿ ਪਤਨੀ ਬੀਬੀ ਸ਼ਰਮਾ ਜੀ ਪਹੁੰਚੇ ਨੇ ਉਹਨਾਂ ਦਾ ਗੁਰੂ ਘਰ ਦੇ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸ਼ੋ ਨਹਾਨ ਗਿਆਨੀ ਹਰਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਉਹ ਵੀ ਸਟੇਜ ਤੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸੋ ਸਮੂੱਚਾ ਪ੍ਰਬੰਧ ਸardar mandeep singh ji ਉਹ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰਬੰਧ ਨੂੰ ਦੇਖ ਰਹੇ ਨੇ ਗਿਆਨੀ ਤਰਸਵੀਰ ਸਿੰਘ ਜੀ ਸਾਰੇ ਵੀਰਾਂ ਦਾ ਧੰਨਵਾਦ ਮੈਂ ਬੇਨਤੀ ਕਰ ਰਿਹਾ ਸੀ ਸੰਗਤ ਜੀ ਕਿ ਭਾਈ ਸਾਹਿਬ ਹੋਣਾ ਨੇ ਬੜੇ ਤਰੀਕੇ ਨਾਲ ਇਸ ਗੱਲ ਨੂੰ ਦੱਸਿਆ ਕਿ ਜਦੋਂ ਆਪਾਂ ਰੱਬ ਜੀ ਦੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਉਦੋਂ ਸਾਨੂੰ ਉੱਚੀ ਉੱਚੀ ਕੂਕੜਾ ਨਹੀਂ ਚਾਹੀਦਾ ਜਿੱਦਾਂ ਇੱਕ ਦੋ ਸਿੰਘ ਵਿੱਚ ਲੱਗ ਗਿਆ ਸੀ ਨਹੀਂ ਬੜੇ ਤਰੀਕੇ ਦੇ ਨਾਲ ਸਾਰੀ ਸੰਗਤ ਇਕੱਠੀ ਹੈ ਤੇ ਕਿਸੇ ਦੀ ਬਿਰਤੀ ਨਾ ਉਖੜੇ ਤੇ ਇੱਕ ਸਲੀਕੇ ਵਿੱਚ ਇੱਕ ਜਾਪਤੇ ਵਿੱਚ ਰਹਿ ਕੇ ਹੀ ਸਾਨੂੰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ ਸੋ ਉਹਨਾਂ ਦਾ ਇਸ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਨੇ ਬੜੇ ਪਿਆਰ ਨਾਲ ਸਾਨੂੰ ਗੁਰਮਤਿ ਦੀ ਰੋਸ਼ਨੀ ਪੜਨ ਦਾ ਯਤਨ ਕੀਤਾ ਹੈ ਦੱਸ ਰਹੇ ਸੀ ਕਿ ਅਸੀਂ ਕਰਨਾ ਕੀ ਹੈ ਸਾਡਾ ਮੂਲ ਕੀ ਹੈ ਅਸੀਂ ਆਪਣੇ ਮੂਲ ਨੂੰ ਪਛਾਨਣ ਦਾ ਯਤਨ ਕਰਨਾ ਹੈ ਤੇ ਉਸ ਮੂਲ ਨੂੰ ਪਛਾਨਣ ਦੇ ਵਾਸਤੇ ਸਭ ਤੋਂ ਵੱਡਾ ਤਰੀਕਾ ਇਹ ਹੈ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰਨਾ ਸੋ ਮਨ ਨੂੰ ਕੰਟਰੋਲ ਵਿੱਚ ਕਰਨਾ ਅਤ ਜ਼ਰੂਰੀ ਹੈ ਕਿਉਂਕਿ ਮੈਂ ਕਈ ਵਾਰ ਵੇਖਦਾ ਕਿ ਸਾਡੀਆਂ ਅੱਖਾਂ ਜੋ ਦੇਖਦੀਆਂ ਨੇ ਕੰਨ ਜੋ ਸੁਣਦੇ ਨੇ ਰਸਨਾ ਜੋ ਬੋਲਦੀ ਜੇ ਉਸ ਸਾਰੇ ਨੂੰ ਬੁਲਾਉਣ ਵਾਲਾ ਵੇਖਣ ਵਾਲਾ ਸੁਣਨ ਵਾਲਾ ਪਿੱਛੇ ਮਨ ਖਲੋਤਾ ਜੇ ਮਨ ਚੰਗਾ ਹੈ ਤੇ ਬੰਦਾ ਚੰਗਾ ਵਿਖੇਗਾ ਮਨ ਚੰਗਾ ਹੈ ਤੇ ਮਨੁੱਖ ਚੰਗਾ ਹੀ ਬੋਲੇਗਾ ਮਨ ਚੰਗਾ ਤੇ ਚੰਗਾ ਹੀ ਸੁਣਨ ਦਾ ਯਤਨ ਕਰੇਗਾ ਇਸ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਵਾਰ-ਵਾਰ ਮਨ ਨੂੰ ਚੰਗਿਆਂ ਬਣਨ ਦੀ ਚੰਗਿਆਂ ਬਣਾਉਣ ਦੀ ਮਨੁੱਖ ਨੂੰ ਤਾਗੀਦ ਕੀਤੀ ਸੋ ਸਾਡੇ ਬਹੁਤ ਸਤਕਾਰਯੋਗ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾ